ਸਤਨਾਮ ਧੰਨ ਵਾਖੇ ਗੁਰੂ ਧੰਨ ਵਾਖੇ ਗੁਰੂ ਸਾਹਿਬ ਜੀਓ ਹਮ ਮਹਿਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦਿਸ਼ਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦਿਸ਼ਾ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਨੇ ਅੱਜ ਸੰਧਿਆ ਦੇ ਜੋ ਵਿਸ਼ੇਸ਼ ਦੀਵਾਨ ਸਜੇ ਨੇ, ਇਸ ਦੀ ਹਾਜ਼ਰੀ ਭਰੀ ਹੈ। ਅੰਮ੍ਰਿਤ ਬਚਨਾਂ ਦਾ ਕੀਰਤਨ ਆਪ ਗੁਰੂ ਸਵਾਰਿਆਂ ਪਾਸੋਂ ਸਰਵਣ ਕਰ ਰਹੇ ਸੀ। ਚੱਲ ਰਹੀ ਲੜੀਵਾਰ ਅਰਦਾਸ ਵਿੱਚ ਆਏ ਹੋਏ ਸ਼ਬਦਾਂ ਦੀ ਵਿਚਾਰ, ਕੱਲ ਅਸੀਂ ਇਸ ਸ਼ਬਦ ਨੂੰ ਵਿਚਾਰ ਰਹੇ ਸਾਂ ਕਿ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ। ਕੱਲ ਬੇਨਤੀ ਕੀਤੀ ਸੀ ਕਿ ਇਹ ਉਹ ਪਵਿੱਤਰ ਅਸਥਾਨ ਹੈ ਜਿੱਥੇ ਸੱਤ ਗੁਰੂ ਸਾਹਿਬਾਨਾਂ ਦੇ ਮੁਬਾਰਕ ਚਰਨ ਪਏ ਨੇ। ਇਹ ਉਹ ਪਵਿੱਤਰ ਅਸਥਾਨ ਹੈ ਜਿੱਥੇ ਧੰਨ ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਨੇ ਆਪਣੀ ਨਗਰਾਨੀ ਵਿੱਚ ਇਸ ਦੀ ਸੇਵਾ ਕਰਾਈ ਹੈ ਤੇ ਉਸ ਤੋਂ ਬਾਅਦ ਗੁਰੂ ਕੇ ਸਿੱਖਾਂ ਨੇ ਆਪਣੇ ਸਿਰ ਧੜ ਦੀ ਬਾਜੀ ਲਾ ਕੇ ਇਸ ਅਸਥਾਨ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ ਹੈ ਤੇ ਕੱਲ ਬੇਨਤੀ ਕੀਤੀ ਸੀ। 11 ਵਰੀ ਸਰੋਵਰ ਦੀ ਪੂਰੀ ਕਾਰ ਸੇਵਾ ਹੋਈ ਹੈ। ਆਓ ਅੱਜ ਅੰਮ੍ਰਿਤਸਰ ਜੀ ਦੇ ਇਸ਼ਨਾਨ ਸੰਬੰਧੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਕੁਝ ਪ੍ਰਮਾਣ ਲੈ ਕੇ ਆਪ ਜੀ ਨਾਲ ਵਿਚਾਰ ਸਾਂਝੇ ਕਰਨੇ ਨੇ। ਸਹਿਬ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ, ਆਪ ਬਖਸ਼ਿਸ਼ ਕਿਰਪਾਲਤਾ ਕਰਨ। ਆਪਾਂ ਜਿਤਨੇ ਵੀ ਸਹਿਬ ਦੀ ਚਰਨ ਸ਼ਰਨ ਵਿੱਚ ਆਏ ਹਾਂ, ਸਾਨੂੰ ਇਕਾਗਰਤਾ ਦੀ ਦਾਤ ਬਖਸ਼ਣ। ਪ੍ਰੇਮ ਭਾਵਨਾ ਦੇ ਨਾਲ ਆਪਣੇ ਉਸ ਪਵਿੱਤਰ ਅਸਥਾਨ ਸੰਬੰਧੀ, ਉਸ ਅਨੂਪ ਰਾਮਦਾਸ ਪੁਰ ਸੰਬੰਧੀ ਸੋਝੀ ਬਖਸ਼ ਕੇ ਵਿਚਾਰ ਕਰਾ ਲੈਣ। ਕਰੋ ਕਿਰਪਾ ਸਾਧ ਸੰਗਤ, ਆਪ ਇਕਾਗਰਤਾ ਬਖਸ਼ਦੇ ਹੋਏ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਖਾਸ ਕਰਕੇ ਪੰਜ ਸਰੋਵਰ ਨੇ ਜਿਹੜੇ ਗੁਰੂ ਸਾਹਿਬਾਨਾਂ ਦੇ ਜੀਵਨ ਨਾਲ ਸੰਬੰਧਿਤ ਨੇ। ਇਹਨਾਂ ਵਿੱਚੋਂ ਇੱਕ ਸਰੋਵਰ ਤਾਂ ਹਰ ਇੱਕ ਦੀ ਰਚਨਾ ਤੇ ਹਰ ਇੱਕ ਦੀ ਜ਼ਬਾਨ ਤੇ ਹੈ। ਉਹ ਆਪਾਂ ਦਰਬਾਰ ਸਾਹਿਬ ਦੇ, ਜਿੱਥੇ ਦਰਬਾਰ ਸਾਹਿਬ ਹੈ, ਉਸ ਸਰੋਵਰ ਲਈ ਸ਼ਬਦ ਵਰਤਨੇ ਹਾਂ ਕਿ ਅੰਮ੍ਰਿਤ ਸਰੋਵਰ। ਉਸ ਤੋਂ ਇਲਾਵਾ ਹਜ਼ੂਰ ਨੇ ਇਸੇ ਸ਼ਹਿਰ ਵਿੱਚ ਸੰਤੋਖ ਸਰ ਦੀ ਸਿਰਜਣਾ ਕੀਤੀ। ਧੰਨ ਗੁਰੂ ਅਰਜਨ ਦੇਵ ਜੀ ਨੇ ਤੀਸਰਾ ਸਰੋਵਰ ਰਾਮ ਸਰ ਦੀ ਸਿਰਜਣਾ ਕੀਤੀ। ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਜੀ ਨੇ ਇਸੇ ਨਗਰ ਦੇ ਅੰਦਰ, ਇਸੇ ਗੁਰੂ ਕੀ ਨਗਰੀ ਦੇ ਅੰਦਰ ਦੋ ਸਰੋਵਰਾਂ ਦੀ ਸਿਰਜਣਾ ਕੀਤੀ। ਉਹਨਾਂ ਵਿੱਚੋਂ ਹੈ ਬਵੇਕ ਸਰ ਤੇ ਔਰ ਕੌਲ ਸਰ।
ਇਹ ਪੰਜ ਸਰੋਵਰਾਂ ਨੂੰ ਜਦੋਂ ਅਸੀਂ ਪੜ੍ਹਨੇ ਹਾਂ, ਦੇਖੋ ਇਹਨਾਂ ਦੇ ਇਸ਼ਨਾਨ ਦਾ ਕੁਝ ਭਾਵ ਅੰਦਰੂਨੀ ਵੀ ਹੈ ਤੇ ਜਿਹੜੇ ਸ਼ਬਦ ਹਜ਼ੂਰ ਨੇ ਇਹਨਾਂ ਸਰੋਵਰਾਂ ਨੂੰ ਨਾਮ ਵਜੋਂ ਦਿੱਤੇ ਨੇ, ਜਿਹੜੇ ਨਾਮ ਦਿੱਤੇ ਨੇ ਇਹਨਾਂ ਸਰੋਵਰਾਂ ਨੂੰ, ਆਖਰ ਉਹਨਾਂ ਨਾਮਾਂ ਦੇ ਪਿੱਛੇ ਵੀ ਸਿੱਖ ਦਾ ਆਤਮਕ ਜੀਵਨ ਲੁਕਿਆ ਹੋਇਆ ਹੈ। ਪੰਜ ਨਾਂ ਸਾਨੂੰ ਮਿਲਦੇ ਪਏ ਨੇ, ਰਾਮ ਸਰ, ਬਵੇਕ ਸਰ, ਸੰਤੋਖ ਸਰ ਤੇ ਕੌਲ ਸਰ, ਤੇ ਪੰਜਵਾਂ ਸ਼ਬਦ ਅਸੀਂ ਵਰਤਨੇ ਆ ਅੰਮ੍ਰਿਤ ਸਰ। ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਜਦੋਂ ਅਸੀਂ ਇਹਨਾਂ ਦੇ ਅਰਥਾਂ ਵੱਲ ਜਾਵਾਂਗੇ, ਦੇਖੋ ਇਹ ਸਰੋਵਰਾਂ ਦਾ ਇਸ਼ਨਾਨ ਕੇਵਲ ਬਾਗਮੁਖੀ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਮੇਰੇ ਦਾਤਾਰ ਕਿਰਪਾਲੂ ਜੀ ਨੇ ਸਰੋਵਰ ਦੀ ਤੇ ਅੰਮ੍ਰਿਤ ਦੀ ਵਿਆਖਿਆ ਬੜੇ ਕਮਾਲ ਦੀ ਕੀਤੀ। ਬਵੇਕ ਦੀ ਵਿਆਖਿਆ ਬੜੀ ਸੋਹਣੀ ਕੀਤੀ, ਕੌਲ ਦੀ ਵਿਆਖਿਆ ਬੜੀ ਸੋਹਣੀ ਕੀਤੀ। ਇੱਕ ਬੇਨਤੀ ਆਰੰਭ ਵਿੱਚ ਜ਼ਰੂਰ ਕਰਨੀ ਚਾਹੁੰਦਾ, ਕਿਉਂਕਿ ਇਸ ਦੇ ਇਸ਼ਨਾਨ ਤੋਂ ਪਹਿਲਾਂ ਜਿਹੜੀ ਸਾਡੀ ਇੱਕ ਅੰਦਰ ਇਹ ਵਿਚਾਰ ਨਵੀਂ ਪੁੰਗਰਦੀ ਪਈ ਹੈ ਕਿ ਗੁਰੂ ਸਾਹਿਬ ਨੇ ਤੇ ਤੀਰਥਾਂ ਨੂੰ ਪ੍ਰਵਾਨ ਨਹੀਂ ਕੀਤਾ ਤੇ ਅੰਮ੍ਰਿਤ ਜਲ ਨੂੰ ਕਿਵੇਂ ਪ੍ਰਵਾਨ ਕਰ ਲਿਆ ਜਾਏ, ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਕਿਵੇਂ ਪ੍ਰਵਾਨ ਕੀਤਾ ਜਾਏ। ਇੱਕ ਬੇਨਤੀ ਆਰੰਭ ਵਿੱਚ ਕਰਦੇ ਹਾਂ ਕਿ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਇਹਨਾਂ ਨੂੰ ਇਸ ਪਵਿੱਤਰ ਅਸਥਾਨ ਨੂੰ ਕਰਮ ਕਾਂਡੀ ਤੀਰਥਾਂ ਨਾਲ ਮੱਤ ਜੋੜਿਓ। ਉੱਥੇ ਕੇਵਲ ਤਾਂ ਕੇਵਲ ਕਰਮ ਕਾਂਡ, ਕੇਵਲ ਤਾਂ ਕੇਵਲ ਪਖੰਡ ਪਿਆ ਦਿਖਦਾ, ਸੱਚ ਜਾਣੋ ਇੱਥੇ ਹਰ ਵੇਲੇ ਮੇਰੇ ਪਰਮਾਤਮਾ ਦੀ ਕੇਵਲ ਕੀਰਤੀ ਹੁੰਦੀ ਪਈ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਅਰਜ ਕਰਨੀ, ਜੇ ਕਹੀਏ ਵੀ ਉਹ ਵੀ ਪਾਣੀ ਤੇ ਇੱਥੇ ਵੀ ਪਾਣੀ, ਫਿਰ ਇਹਨੂੰ ਮਹਾਨਤਾ ਕਿਉਂ ਤੇ ਉਹਨਾਂ ਤੀਰਥਾਂ ਨੂੰ ਕਿਉਂ ਨਾ ਪ੍ਰਵਾਨ ਕੀਤਾ? ਮੈਂ ਕੁਛ ਕੁ ਬੇਨਤੀਆਂ ਬਾਣੀ ਵਿੱਚੋਂ ਅਰਜ ਕਰਨੀਆਂ ਚਾਹੁੰਦਾ। ਦੇਖੋ ਸਰੀਰ ਪਾਪੀ ਦਾ ਵੀ ਪੰਜਾਂ ਤੱਤਾਂ ਦਾ ਹੈ ਤੇ ਸਰੀਰ ਧਰਮੀ ਦਾ ਵੀ ਪੰਜਾਂ ਤੱਤਾਂ ਦਾ ਹੈ, ਦੋਨਾਂ ਦੇ ਵਿੱਚ ਅੰਤਰ ਕਿੰਨਾ ਕੁ? ਜੇ ਅਸੀਂ ਬਾਣੀ ਪੜ੍ਹ ਕੇ ਕਹੀਏ ਜੀ ਇਤਨਾ ਵੀ ਤਾਂ ਅਰਦਾਸ ਕਰਨੇ ਆ ਕਿ ਸਹੀ ਪਿਆਰੇ ਮੇਲ, ਤੇ ਦੂਜੇ ਪਾਸੇ ਕਹਿੰਦੇ ਆ ਦਾਤਾ ਮੇਲ ਕਰੀ, ਇਹ ਕੁਝ ਨਿੰਦਕਾਂ ਸਾਫਤਾਂ ਤੋਂ ਸਾਨੂੰ ਬਚਾ ਕੇ ਰੱਖੀ, ਤੇ ਜੇ ਕੋਈ ਪੁੱਛੇ ਵੀ ਸਰੀਰ ਤਾਂ ਦੋਨਾਂ ਦੇ ਪੰਜ ਤੱਤਾਂ ਦੇ ਬਣੇ ਨੇ, ਦੋਨੋਂ ਅੱਖਾਂ ਨਾਲ ਦੇਖਦੇ ਨੇ, ਜੀਭ ਨਾਲ ਬੋਲਦੇ ਨੇ, ਕੰਨਾਂ ਨੂੰ ਸੁਣਦੇ ਨੇ, ਸਰਦੀ ਗਰਮੀ ਨੂੰ ਮਹਿਸੂਸ ਕਰਦੇ ਨੇ, ਇੱਕ ਦੇ ਦਰਸ਼ਨ ਕਰਨ ਲਈ ਬਾਣੀ ਵਿੱਚ ਵਾਰ ਵਾਰ ਪ੍ਰੇਰਨਾ ਦਿੱਤੀ ਤੇ ਇੱਕ ਦੇ ਦਰਸ਼ਨਾਂ ਤੋਂ ਦੂਰ ਰਹਿਣ ਦੀ ਗੱਲ ਕੀਤੀ ਕਿ ਦੋਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਨੇ, ਸਿਰਫ ਆਉਣਾ ਅੰਮ੍ਰਿਤ ਸਰੋਵਰ ਤੇ ਆਮ ਤੀਰਥ ਦੀ ਗੱਲ ਕਰਦੇ ਹਾਂ। ਹਜ਼ੂਰ ਦੀ ਬਾਣੀ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਅਸੀਂ ਪੜ੍ਹਨੇ, ਪਿਛਲੇ ਦਿਨੀ ਵੀ ਇਹ ਸ਼ਲੋਕ ਪ੍ਰਮਾਣ ਵਜੋਂ ਅਰਜ ਕੀਤੇ ਸਨ। ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦੀ ਭਗਤੀ ਟਿਕ ਗਈ ਹੈ, ਕਹਿੰਦੇ ਵੇਖਣ ਨੂੰ ਭਾਵੇਂ ਉਹ ਇੱਕ ਮਨੁੱਖ ਪੰਜ ਤੱਤਾਂ ਦਾ ਸਰੀਰ ਲੱਗਦਾ ਹੈ, ਪਰ ਕਦੀ ਵੀ ਭੁੱਲਿਓ ਨਾ ਉਸ ਨਰ ਵਿੱਚ ਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ। ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਇਹ ਸ਼ਬਦ ਕਹਿਣ ਲੱਗੇ, ਜੇ ਘੱਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਣ। ਖੈਣ ਦੋਨੋਂ ਹੀ ਮਨੁੱਖ, ਇੱਕ ਨਾਮ ਤੋਂ ਟੁੱਟਾ ਹੋਇਆ ਵੀ ਮਨੁੱਖ ਹੈ ਤੇ ਨਾਮ ਨਾਲ ਜੁੜਿਆ ਹੋਇਆ ਨਹੀਂ ਵੀ ਸ਼ਬਦ ਆਦਮੀ ਵਰਤਾਂਗੇ। ਕਹਿਣ ਲੱਗੇ ਜੇ ਘੱਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਣ, ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਂ। ਦੂਸਰਾ ਪ੍ਰਮਾਣ ਸਾਹਿਬ ਨੇ ਕਿਰਪਾ ਕਰਕੇ ਮੇਰ ਕਰਕੇ ਬਖਸ਼ਿਆ, ਕਹਿਣ ਲੱਗੇ ਜੋ ਪ੍ਰਾਣੀ ਨਿਤ ਦਿਨ ਭਜੈ ਰੂਪ ਰਾਮ ਤੇ ਜਾਣ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਂ। ਆਖਰੋ ਸਰੀਰ ਏ ਜਿਹਦੇ ਬਾਰੇ ਸਾਹਿਬ ਨੇ ਕਿਹਾ, ਕਹਿਣ ਲੱਗੇ ਹਰ ਕਾ ਸੇਵਕ ਸੋ ਹਰ ਦੇਹਾ, ਭੇਸ ਨਾ ਜਾਣੂ ਮਾਨਸ ਦੇਹਾ, ਜੋ ਜਲ ਤਰੰਗ ਉੱਠੈ ਬਹੁ ਭਾਂਤੀ ਫਿਰ ਸਲੈ ਸਰਲ ਸਮਾਇਦਾ। ਆਖਰ ਉਹ ਵੀ ਮਨੁੱਖੇ ਜਿਹਨੂੰ ਅਸੀਂ ਸ਼ਬਦ ਵਰਤਨੇ ਆ, ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਧ ਭਗਵੰਤ, ਉਹਦੇ ਲਈ ਸ਼ਬਦ ਵਰਤਨੇ ਆ, ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਕਰਾਇਆ, ਜਨ ਆਮਨ ਕਾ ਇਹ ਹੈ ਸਵਾਓ, ਜਨ ਕਹਿ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਜਿਹੜੇ ਪਹਿਲੇ ਪ੍ਰਮਾਣ ਅਰਜ ਕਰਦੇ ਹਾਂ, ਉਹ ਸਰੀਰ ਏ ਜਿਹਨੂੰ ਦੇਖਣ ਲਈ ਅਸੀਂ ਰੋਜ਼ ਬੇਨਤੀ ਕਰਨੇ ਹਾਂ ਕਿ ਭਲਕੇ ਉੱਠ ਪਰਹੁਣਾ ਮੇਰਾ ਘਰ ਆਵੋ, ਪਾਉ ਪਖਾਲਾ ਪਿਛਕੇ ਮਮਤਾ ਨਿਤ ਭਾਵੋ, ਜਿਹਦੇ ਬਾਰੇ ਕਹਿੰਦੇ ਹਾਂ ਉਹ ਸਾਜਨ ਉਹ ਮੀਤ ਪਿਆਰੇ, ਜੋ ਹਮਕੋ ਹਰ ਨਾਮ ਚਿਤਾਰੇ, ਜਿਹਦੇ ਬਾਰੇ ਕਹਿੰਦੇ ਹਾਂ ਸਾਜਨਾ ਸੰਤ ਆਓ ਮੇਰੇ
आनंदा गुण गाए मंगल कसम ला मिट जाहे प्रेरित। हुण ओ शरीर है जिन्हों कहने नानक तिस जन को सदा नमस्कार, ओ मनुख दा शरीर है जिन्हों कहने ते नर हर अंतर नहीं, जिन्हों कह रहे हैं हर जन हर अंतर नहीं, ओ शरीर है जिन्हों कहने हर का सेवक सो हर दया, ते गुरु को ओ भी शरीर है जिदे बारे साहब कहने के जे मुख जित मनुख दे मुख विचों परमात्मा दी भगती नहीं पैदा हुंदी, जिन्हें रब की कभी बंदगी नहीं की थी, कहन लगे ओदा चेहरा देख के ता डर लगदे, जे कहिए भी दोनों इको ने ते कभी दोनों एक नहीं हो सकते, जे शरीर दो मनुखां दे पंजां तत्तां दे ने अंदर दी बिरती करके एक कलवंत पतवंत ते तनवंत है ते दूजे दा चेहरा डरावना है, सच जानो जिथे अच्छे पैर रख दी कीर्ति हुंदे हुंदी होवे ओनू कर्म कांडी तीरथ दे नाल कभी भी तुलना ना दे। मैं जिहड़ी बेनती करनी चाहना हो सकता है सुखैन तरीके नाल समझ पै जाए, इकना नूं देख के कहने आ कि तुहानूं देख के रब चेते आउंदा है, ते दूजियां बारे साहिब कहिंदे फरीदा तिन्ना मुख डरावणे जिन्ना विसारियो नाउ ऐसा दुख कलेरिया अगे ठौर ना खाओ। जेडे रब तो टुटे उन्हां बारे असीं इह शब्द गुरु ग्रंथ साहिब च रोज पढ़ने आ कि कबीर साकत संग ना कीजिए दूरै जाइए भाग, ते ओही भगत उच्ची आवाज विच कहिंदा कबीर संत की गैल ना छोड़िए मार्ग लागा जाऊ, कि रब की बंदगी करने वाले का मार्ग ना छड़ी, ते जे कुछ साकत मिलदा साकत संग ना कीजिए दूरै जाइए भाग, बासन कारो परसिए तौ किछ लागे दां। कहिंदे साकत बंदा ता इक भांडे की तरह है। मैं जिहड़ी बेनती करनी चाहना जिस शरीर विच रब की बंदगी टिक जाए ओ शरीर भागा वाला ओ मुख उजला ओ तनवंत कुलवंत पतवंत है, जिन्हों रब की बंदगी भुल जाए ओनू असीं कहने आ साकत है मनमुख है निंदक है, निंदक दे तन नूं कदी बंदगी वाले दे तन नाल तुलना ना दईए, ते जिथे अच्छे पैर गुरु की बाणी का जाप चलदा होवे गुरु के सिखो उस थां दी निंदिया ना करिए, उस दे आनंद नूं कदी कोई माणे ता सही। इहदे विच कोई शक नहीं कि गुरु ग्रंथ साहिब की बाणी ने गुरु नूं सरोवर मन्निया है, गुरु नूं तीर्थ मन्निया है, गुरु नूं समुंदर मन्निया है, गुरु नूं एक वगदा होया दरिया मन्निया है। मैं वह भी प्रमाण अर्ज क्या करदे आ बाणी विचों असीं पढ़ने आ कि गुर सागर रतनी भरपूरे अमृत संत चुगे नहीं दूरे, जां पढ़ने आ हजूर दे बचन सहज धन गुरु ग्रंथ साहिब कहिंदे अमृत सर सतगुरु सतवाती जित नातै कौआ हंस हो है, कहिंदे गुरु भी एक अमृत सर है, हजूर ने संगत नूं भी अमृत सर शब्द वरते, ते असीं पढ़ने आ कि गुर सतगुरु का जो सिख अखाए सो भलकै उठर नाम ध्यावै उद्धम करै भलके प्रभाती इशनान करै अमृत सर नहावै। हजूर ने कहा फिर जदो इसे कोई इशनान करदा ओहदे विच इक सोके उपदेश गुरु हर हर जप जापै सब किलविक पाप दोख लै जावै। सहज ने गुरु नूं समुंदर भी कहा, ते आपां पढ़ने आ खार समुंदर चों डोलिया इक मणिया पावै, किन्ने आम समुंदर नूं कोई लभण तुरे पौना मैं अमृतसर जी दे इशनान वल कह। ये अत जरूरी है पहला बेनती करनी इहनू खिच के आम तीर्थां नाल ना जोड़िए। सहज कृपालू जी ने उत्थे बचन किया कहन लगे खार समुंदर ढंडोली है इक मणिया पावे, जे खारे समुंदर नूं कोई ढंडोलन लग पवे वध तो वध कीमती मोती मिलेगा, दिन तो चार सुहावना माटी च सिखावे गुर सागर सत छेरी है दे तोट ना आवे, गुरु भी एक समुंदर है। भाई साहब ने तो कहा मान सरोवर सतगुरु काको हंस जलों दुध पीना, भट्टा ने कहा गुरु अंगद साहब सच्चे पातशाह तू तो एक वगदा होया दरिया है जिदे विच दर्शन करके इशनान करके साडे अंदर दी मैल उतरदी। आपां पढ़ने गुर नवनीत दरियाओ जन्म हम कालख धोवै धोवै पातशाह, गुरु धोंदा है जन्म हम कालख धोवै सो कहो तल गुर छेड़िए ऐन इस सहज सुभाए, दर्शन परसै गुरु कै जन्म मरण दुख जन। गुरु नु सागर भी कह, गुरु नु समुंदर भी कह, गुरु नु तीर्थ भी कह, गुर समान तीर्थ नहीं कोई। गुरु साहब ने यह भी शब्द वरते ने गुर दरियाओ सदा जल निर्मल मिलिया दुरमत मैल करें, पर यह गल कभी भी भुलिए ना
संगत नूं भी सरोवर मने। रामदास सरोवर नहाते सब उतरे पाप कमाते, संगत व्यर्थ कीते नहीं। ऐसे एक होर बचन सी पढ़ने आ के संत सरोवर नहावे सो जन परम गत पावे। संगत भी सरोवर है, गुरु भी सरोवर है, परमात्मा नूं भी बगदा होया दरिया समुंदर क्या है। पर गुरु के सिखो जिस थां ते गुरु सरोवर आप टिक गया है, जिसे अच्छे पैर गुरु की बाणी का कीर्तन चलता है, सच जानो उस पानी विच भी बाणी की बरकत वरत जाती है। हुण कई वारी असीं कहिंदे आ लो जी पानी विच किवें बरकत पै गई। मैं बेनती करां तुसीं पढ़े लिखे सज्जन बैठे हो, ये सारे असीं पढ़ने पाया अज तक सुने आ, धरतियां इस तो इलावा भी बेअंत ने। बंदा उन्हां धरतियां तक जा भी पहुंचया है, पर सब तो वड्डी उहदी तड़प वे कहिंदा जे पानी होवेगा ते मैं रह सकना, पानी तो बिना उत्थे वसेबा नहीं। इहदा मतलब कि पानी मनुख दी जिंदगी दा आधार है। ते साहिब ने बाणी विच कहा पहला पानी जीओ है, जां कहा पानी पिता जगत का। रोज असीं पढ़ने आ पवन गुरु पानी पिता, इहनूं इह ना समझो जल दी पूजा वाले पासे प्रेरणा पिया। मैं कहना हर एक चीज नूं इको रस्से नाल ना बनी, बरीकी नाल सोचिए तां सही कि की वह पानी नहीं जिदे पीण दे नाल सानूं जिंदगी मिलदी है, की उस पानी दे विच जीवन नहीं जिहड़ा धरती ते पै जाए ते बनस्पति नूं रस दिंदा है, की वह पानी नहीं जी जिंदगी वाला जिदे नाल पिंडे नूं इशनान कराइए ते मैल धुप दीए। उत्थे इकले पानी की गल नहीं की सिखा, उत्थे पानी दे नाल बाणी दा सुमेल है। जे पानी हर एक चीज दा असर कबूलदा है, जिथे गुरु की बाणी पढ़ी जाएगी सच जानी ओ पानी भी बाणी दा असर कबूलदा है। उस पानी विच बरकत है, उस पानी विच गुरु रामदास जी दीआं रहमतां ने, ते अनेकां उदाहरणां मिलदीआं ने कि जिथे ओ रहमतां दे पात्र अनेकां रहमतां लै के गए। दूसरी बेनती, जदों असीं सृष्टि की सिरजना बारे पढ़ने हैं ते एक बचन दातार जी ने कीता है, कहिंदे ने सब तो पहला परमात्मा ने पवन पैदा कीती। ते मैं इहदे अर्थ कई वारी करना, पवन का अर्थ आवाज भी है, ध्यान दिया जी, पवन का अर्थ शब्द भी है, पवन का अर्थ असीं हवा भी करनी है। शब्द दे बचन असीं पढ़ने हैं साचे ते पवना भया पवने ते जल होए। इहदा मतलब शब्द दा ते पानी दा सुमेल है, पर इह कदी भुलीए ना जे उत्थे पानी सरोवर विच है ते उत्थे शब्द वी दिन रात उचारे जांदे ने, ते शब्द दा असर शब्द दे अंदर जिहड़ी रहमत है उह पानी दे उत्ते असर जरूर करदी है। साहिब धन गुरु ग्रंथ साहिब दी अमृत बाणी ने, मैं कहना इउं ही मान लो, असीं कहिंदे आ जी तीर्थ इशनान नहीं। मैं बेनती करां ऐस तोप नूं मान लईए, कहन लगे तीर्थ जाओ ता हाँ हाँ करते, देखो अमृतसर की है, पंडित पूछो तो माया राते। अगली तो के कहने मैं तीर्थां ते नहीं जांदा, क्यों? कहने जेड़ा मिलता वह कौमे का ग्रसिया मिलता, विद्वाना कुल बैठना से केवल माया की खेड है। कहन लगे सो स्थान बतावो मीता जाके हर हर कीर्तन मीता। कहन लगे मैनू ओ थान दसो जिथे हर वेले कीर्तन हुंदा होवे। ते की इस तुक दे अर्थ हरिमंदर साहिब की कीर्तन की मर्यादा नाल नहीं चुकदे कि सो स्थान बतावो मीता जाके हर हर कीर्तन मीता। साहिब कृपालू जी ने मेहर की अमृत बाणी विच कहिंदे ने एतो वड्डा सचखंड केड़ा कह, कहो कबीर ए कहिया काहे, साध संगत बैकुंठ है आए। कि आपां पढ़दे ने कि तहां बैकुंठ जै कीर्तन तेरा तू आपे शरदा लाए। जिथे अखे पैर रब की कीर्ति हुंदी होवे, प्रभु की सिरसला दे गीत गाए जांदे होण, गुरु के सिखो उस पानी ते असर जरूर हुंदा है। अज तुसी अनेकां उदाहरणां तुहानूं पढ़न नूं मिल गईआं। पिछले दिन एक सज्जन दे मैं कौल पढ़े ने कि उहने अपने घर दे अंदर एक बगीचे विच कहिंदे कुछ रुख ऐसे ने जिन्हां कोल उह कीर्तन वाली कोई टेप कीर्तन वाला कोई तवा लांदा है, ते कुछ रुख ऐसे ने जिन्हां कोल कोई शब्द नहीं। पर जदों उहनां रुखां दे फल तोड़दे ने ते जिस रुख दे कोल कीर्तन हुंदा है, गुरमुखो उस रुख दा फल जिहड़ा दूजे रुख दे फल नालों अनेक ज्यादा रसदायक
ਤੇ ਉਹਨੂੰ ਖਾਣ ਦੇ ਨਾਲ ਵੀ ਅੰਦਰ ਨੂੰ ਟਿਕਾ ਮਿਲਦਾ। ਸ਼ਬਦ ਆਪਣਾ ਅਸਰ ਕਰਦਾ। ਦੇਖੋ ਜੇ ਕਹੀਏ ਸ਼ਬਦ ਅਸਰ ਨਹੀਂ ਕਰਦਾ ਤੇ ਜਦੋਂ ਗੁਰੂ ਕੇ ਸਿੱਖ ਅੰਮ੍ਰਿਤ ਤਿਆਰ ਕਰਦੇ ਨੇ ਉਹ ਕੀ ਹੈ ਜੀ? ਅੰਮ੍ਰਿਤ ਤੋਂ ਪਹਿਲਾਂ ਪਾਣੀ ਹੈ, ਅੰਮ੍ਰਿਤ ਤੋਂ ਪਹਿਲਾਂ ਜਲ ਹੈ, ਅੰਮ੍ਰਿਤ ਤੋਂ ਪਹਿਲਾਂ ਆਪ ਹੈ। ਪਰ ਜਦੋਂ ਉਹਨਾਂ ਪੰਜਾਂ ਨੇ ਗੁਰੂ ਕੀ ਹਜ਼ੂਰੀ ਵਿੱਚ ਆਪਣੇ ਮੁਖ ਤੋਂ ਅੰਦਰ ਨੂੰ ਟਿਕਾ ਕੇ ਬਾਣੀ ਪੜ੍ਹੀ, ਗੁਰੂ ਕੇ ਸਿੱਖੋ ਉਹ ਜਲ ਵੀ ਅੰਮ੍ਰਿਤ ਬਣ ਜਾਂਦਾ ਹੈ। ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਸ ਤਰਕ ਤੋਂ ਉੱਪਰ ਉੱਠ ਕੇ ਸੋਚੀਏ, ਜਿੱਥੇ ਅੱਛੇ ਪੈਰ ਸਾਈਂ ਦੀ ਕੀਰਤੀ ਹੈ, ਉਸ ਜਲ ਦੇ ਇਸ਼ਨਾਨ ਦੇ ਲਈ ਤਾਂ ਗੁਰੂ ਕੇ ਸਿੱਖਾਂ ਨੇ ਆਪਣੇ ਸਿਰ ਧਾੜ ਦੀਆਂ ਬਾਜੀਆਂ ਲਾ ਗਈਆਂ। ਕੀ ਭਾਈ ਸੁੱਖਾ ਸਿੰਘ ਮਾੜੋ ਮਾੜੀ ਕੰਡੋਕੀ ਵਾਲੇ ਨੂੰ ਭੁੱਲਾਂਗੇ? ਕਹਿੰਦੇ ਉਹਨੇ ਵੰਗਾਰ ਕੇ ਕਿਹਾ ਕਿ ਮੈਂ ਤੀਰ ਗੁਰੂ ਰਾਮਦਾਸ ਜੀ ਦੇ ਸਰੋਵਰ ਵਿੱਚ ਇਸ਼ਨਾਨ ਕਰਨਾ। ਦੁਸ਼ਮਣਾਂ ਨੇ ਪਹਿਰੇ ਲਾਏ, ਕੜਕ ਦੀ ਦੁਪਹਿਰ ਵੱਧਦੀ ਲੋਹ ਵਿੱਚ ਆਇਆ ਤੇ ਗੁਰੂ ਕਾ ਸਿੱਖ ਉੱਤੇ ਇਸ਼ਨਾਨ ਕਰਕੇ ਗਿਆ। ਕਿ ਭਾਈ ਤਾਰੂ ਸਿੰਘ ਦੀ ਸ਼ਹੀਦੀ ਨੂੰ ਕਦੀ ਭੁੱਲਾਂਗੇ? ਰਤਨ ਸਿੰਘ ਭੰਗੂ ਨੇ ਲਿਖਿਆ ਕਿ ਜਿਸ ਦਿਨ ਉਹਨਾਂ ਦਾ ਅਖੀਰਲਾ ਦਿਨ ਸੀ ਜ਼ਿੰਦਗੀ ਦਾ, ਉਸ ਦਿਨ ਇੱਕੋ ਗੱਲ ਕਹੀ ਸੀ ਕਿ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕੀਤਿਆ ਕਈ ਦਿਨ ਹੋ ਗਏ ਨੇ, ਪਰ ਮੇਰਾ ਚੋਲਾ ਤਿਆਗਣ ਤੋਂ ਪਹਿਲਾਂ ਉੱਥੋਂ ਜਲ ਲਿਆ ਕੇ ਮੈਨੂੰ ਇਸ਼ਨਾਨ ਕਰਾ ਦਿਓ। ਦੇਖੋ ਸਾਹਿਬ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਨੇ ਕਿਰਪਾਲਤਾ ਕੀਤੀ। ਮੈਂ ਫਿਰ ਸਰੋਵਰ ਵੱਲ ਆਉਣਾ, ਪਰ ਪੰਜ ਸਰੋਵਰ ਨੇ ਇੱਥੇ ਅੰਮ੍ਰਿਤਸਰ ਦੇ ਇਸ਼ਨਾਨ ਜਦੋਂ ਸਿੱਖ ਕਰਦਾ ਹੈ ਉਹ ਜਿੱਥੇ ਬਾਜਮੁਖੀ ਇਸ਼ਨਾਨ ਕਰਦਾ ਉੱਥੇ ਅੰਤਰਮੁਖੀ ਵੀ ਦਾਤੇ ਦੀਆਂ ਰਹਿਮਤਾਂ ਲੈਂਦਾ। ਪੁਰਾਣੇ ਬਜ਼ੁਰਗ ਕੀ ਕਰਦੇ ਸਨ, ਉਹਨਾਂ ਨੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਜਾਣਾ ਤੇ ਪਹਿਲਾਂ ਮਾਈਆਂ ਕਹਿੰਦੀਆਂ ਸਨ ਚਾਰ ਸਰੋਵਰਾਂ ਦਾ ਇਸ਼ਨਾਨ ਕਰੀ। ਪੁਰਾਣੇ ਸੱਜਣ ਕਰਦੇ ਹੁੰਦੇ ਸਨ, ਅੱਜ ਤਾਂ ਇਸ਼ਨਾਨ ਦੀ ਗੱਲ ਹੀ ਖੰਡਨ ਕਰ ਦਿੱਤੀ, ਰੱਖ ਕੇ ਇੱਕ ਪਾਸੇ ਨੂੰ ਕਰ ਦਿੱਤਾ, ਕੰਮ ਦੀ ਲੋੜ ਹੀ ਨਾ ਪਏ। ਪਰ ਅੱਜ ਵੀ ਤੁਸੀਂ ਦੇਖੋ ਜਿਹੜੇ ਭਾਵਨਾ ਵਾਲੇ ਜਾਂਦੇ ਨੇ ਪਹਿਲਾਂ ਉਹ ਟੂਟੀਆਂ ਥੱਲੇ ਇਸ਼ਨਾਨ ਕਰਦੇ ਨੇ, ਉਦੋਂ ਬਾਅਦ ਫਿਰ ਧੰਨ ਗੁਰੂ ਰਾਮਦਾਸ ਜੀ ਦੇ ਸਰੋਵਰ ਵਿੱਚ ਇਸ਼ਨਾਨ ਕਰਨਗੇ। ਪਰ ਪੰਜਾਂ ਸਰੋਵਰਾਂ ਨੂੰ ਤੱਕੋ, ਅੰਮ੍ਰਿਤਸਰ ਜੀ ਦੇ ਇਸ਼ਨਾਨ ਸਿੱਖ ਦੇ ਅੰਦਰ ਦੇ ਜੀਵਨ ਦੀ ਘਾਲਤ ਕਰਦੇ ਨੇ। ਸਭ ਤੋਂ ਪਹਿਲਾਂ ਇਸ਼ਨਾਨ ਰਾਮਸਰ ਦਾ ਮੰਨਦੇ ਸਨ। ਕਹਿੰਦੇ ਨੇ ਰਾਮਸਰ ਦਾ ਇਸ਼ਨਾਨ ਉਹ ਪਵਿੱਤਰ ਅਸਥਾਨ ਹੈ ਕਿ ਜਿੱਥੇ ਦੇਖੋ ਇੱਥੇ ਇਕੱਲੇ ਅੰਮ੍ਰਿਤ ਸਰੋਵਰ ਦੇ ਨਹੀਂ ਅੰਮ੍ਰਿਤਸਰ ਜੀ ਦੇ ਇਸ਼ਨਾਨ ਕਿਹਾ। ਇਹਦਾ ਮਤਲਬ ਕਿ ਪੂਰੇ ਅੰਮ੍ਰਿਤਸਰ ਸ਼ਹਿਰ ਦੀ ਜਿਹੜੇ ਸਰੋਵਰ ਨੇ ਸਿੱਖ ਉਹਨਾਂ ਦੇ ਇਸ਼ਨਾਨ ਦੀ ਲੋਚਾ ਕਰਦਾ ਹੈ। ਹਰ ਸਰੋਵਰ ਜਿਹੜਾ ਹੈ ਉਹ ਸਿੱਖ ਨੂੰ ਆਤਮਕ ਸਰੋਵਰ ਨਾਲ ਵੀ ਜੋੜਨ ਲਈ ਸਾਨੂੰ ਪ੍ਰੇਰਨਾ ਦਿੰਦਾ ਹੈ। ਪਹਿਲਾ ਸਰੋਵਰ ਰਾਮਸਰ, ਕੱਲ ਅਰਜ਼ ਕੀਤੀ ਸੀ ਇਹ ਸਰੋਵਰ ਧੰਨ ਗੁਰੂ ਅਰਜੁਨ ਦੇ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਸੰਪਾਦਨਾ ਕੀਤੀ ਹੈ, ਭਾਈ ਗੁਰਦਾਸ ਜੀ ਤੋਂ ਬਾਣੀ ਲਿਖਾਉਂਦੇ ਨੇ ਤੇ ਅੰਮ੍ਰਿਤ ਸਰੋਵਰ ਦੇ ਕਿਨਾਰੇ ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਤਿਆਰ ਕਰਵਾਈ। ਇਸੇ ਸਰੋਵਰ ਦੇ ਕਿਨਾਰੇ ਹਜ਼ੂਰ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਉਚਾਰਨ ਕੀਤੀ ਤੇ ਇੱਥੇ ਲਿਖਦੇ ਸਨ ਵਿਦਵਾਨ ਸੱਜਣ ਪ੍ਰੋਫੈਸਰ ਪੂਰਨ ਸਿੰਘ ਤਾਂ ਕਹਿੰਦੇ ਨੇ ਕਿ ਅੰਮ੍ਰਿਤਸਰ ਤੈਨੂੰ ਰਾਮਸਰ ਤੈਨੂੰ ਕਹਿ ਰਿਹਾ ਹੈ ਕਿ ਜੇ ਤੂੰ ਅੰਮ੍ਰਿਤ ਤੱਕ ਪਹੁੰਚਣਾ ਚਾਹੁੰਦਾ ਹੈ ਤੇ ਰਾਮ ਕੇ ਨਾਮ ਵਿੱਚ ਇਸ਼ਨਾਨ ਕਰਨ ਤੋਂ ਬਿਨਾਂ ਤੇਰੇ ਅੰਦਰ ਅੰਮ੍ਰਿਤਸਰ ਦੀ ਰਹਿਮਤ ਨਹੀਂ ਹੋ ਸਕਣੀ। ਸ਼ਬਦ ਉਹਨਾਂ ਵਰਤੇ ਨੇ ਕਿ ਜਦੋਂ ਤੂੰ ਰਾਮਸਰ ਇਸ਼ਨਾਨ ਕਰੇਂ ਤੇ ਤੇਰੀ ਰਸਨਾ ਤੇ ਰਾਮ ਦਾ ਚਿੰਤਨ ਹੋਵੇ, ਤੇਰੇ ਅੰਦਰ ਰਾਮ ਦਾ ਸਿਮਰਨ ਚੱਲੇ ਤੇ ਉਹਨਾਂ ਦੇ ਸ਼ਬਦ ਵੀ ਅਸੀਂ ਪੜ੍ਹਨੇ ਆ। ਤੇ ਗੁਰੂ ਗ੍ਰੰਥ ਸਾਹਿਬ ਨੇ ਰਾਮ ਸ਼ਬਦ ਦੀ ਵਿਆਖਿਆ ਬੜੇ ਕਮਾਲ ਦੀ ਕੀਤੀ, ਪਰ ਇਸ ਦਾ ਅਰਥ ਕੋਈ ਖਿੱਚ ਕੇ ਸ਼੍ਰੀ ਰਾਮ ਚੰਦਰ ਵੱਲ ਨਾ ਲੈ ਜਾਏ। ਰਾਮ ਦਾ ਅਰਥ ਕਰਦਿਆਂ ਕਬੀਰ ਸਾਹਿਬ ਵਰਗੇ ਮਹਾਂਪੁਰਸ਼ ਨੇ ਕਿਹਾ, ਕਹਿਣ ਲੱਗੇ ਰਾਮਸਰ ਦੇ ਇਸ਼ਨਾਨ ਇਹ ਨੇ ਕਿ ਤੇਰੀ ਰਸਨਾ ਉੱਤੇ ਰਾਮ ਦਾ ਨਾਮ ਟਿਕ ਜਾਏ। ਰਾਮਸਰ ਦੇ ਇਸ਼ਨਾਨ ਨੇ ਕਿ ਇਸ਼ਨਾਨ ਕਰੇ ਤੈਨੂੰ ਸੁਪਨੇ ਵਿੱਚ ਵੀ ਰਾਮ ਚੇਤੇ ਆਏ। ਰਾਮਸਰ ਦੇ ਇਸ਼ਨਾਨ ਨੇ ਕਿ ਜਿੱਧਰ ਤੂੰ ਝਾਤੀ ਮਾਰੇ ਹਰ ਪਾਸੇ ਤੈਨੂੰ ਕੇਵਲ ਰਾਮ ਕੀ ਆਵਾਜ਼ ਸੁਣਾਈ ਦੇ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਸ ਸ਼ਬਦ ਦੀ ਵਿਆਖਿਆ ਕੀਤੀ। ਮੈਂ ਅੰਤਰੀ ਭਾਵ ਵੀ ਲੈ ਰਿਹਾ ਵਾਂ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਜੇ ਰਾਮਸਰ ਦੇ ਇਸ਼ਨਾਨ ਕਰਨ ਤੁਰਿਆ ਤੇ ਗੁਰੂ ਕੇ ਸਿੱਖਾ ਤੇਰੀ ਰਸਨਾ ਜਿਹੜੀ ਇਹ ਮਾਲਾ ਬਣ ਜਾਏ ਤੇ ਉਸ ਮਾਲਾ ਦੇ ਉੱਤੇ ਸਰਵ ਵਿਆਕਰ ਵਿਆਪਕ ਰਾਮ ਦਾ ਨਾਮ ਟਿਕ ਜਾਏ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਸ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਵਿਸ਼ਰਾਮ। ਕਹਿੰਦੇ ਜਿਹੜੀ ਚੀਜ਼ ਰਸਨਾ ਤੇ ਟਿਕ ਜਾਏ ਉਹ ਮਨੁੱਖ ਦੇ ਅੰਦਰ ਵਸ ਜਾਂਦੀ ਹੈ, ਤੇ ਜਿਹੜੀ ਚੀਜ਼ ਸਾਡੇ ਅੰਤਸ਼ਾ ਕਰਨ ਵਿੱਚ ਵਸ ਗਏ
ਸੱਚ ਜਾਣੋ ਰਾਤ ਨੂੰ ਸੁਪਨੇ ਵੀ ਉਹਦੇ ਆਉਣ ਲੱਗ ਪੈਂਦੇ। ਜਿਹੜੀ ਚੀਜ਼ ਰਸਨਾ ਤੇ ਕੰਨਾਂ ਵਿੱਚ ਹੈ ਉਹਨੇ ਸਾਡੇ ਅੰਦਰ ਘਰ ਕਰਨਾ। ਜਿਹੜੀ ਅੰਤ ਸ਼ਹਿ ਕਰਨ ਵਿੱਚ ਟਿਕ ਗਈ ਉਹ ਗੱਲ ਸਾਡੇ ਸੁਪਨਿਆਂ ਵਿੱਚ ਆਏਗੀ। ਤੇ ਕਬੀਰ ਜੀ ਨੇ ਕਿਹਾ ਤੇ ਮੈਂ ਬੇਨਤੀ ਕਰਾਂ, ਤਕਰੀਬਨ ਹਰ ਵਿਦਵਾਨ ਨੇ ਅੰਮ੍ਰਿਤਸਰ ਜੀ ਦੇ ਇਸ਼ਨਾਨ ਦੇ ਅਰਥ ਕਰਦਿਆਂ ਇਹਨਾਂ ਭਾਵ ਪੂਰਕ ਸ਼ਬਦਾਂ ਲਈ ਵਿਆਖਿਆ ਕੀਤੀ ਕਿ ਤੇਰੀ ਰਸਨਾ ਰਾਮ ਕੇ ਨਾਮ ਦੀ ਮਾਲਾ ਬਣ ਜਾਏ ਤੇ ਜਦੋਂ ਅੰਦਰ ਨਾਮ ਵੱਸ ਜਾਏ ਤੈਨੂੰ ਸੁਪਨੇ ਵਿੱਚ ਵੀ ਰਾਮ ਦੇ ਹੀ ਆਵਾਜ਼ ਸੁਣਾਈ ਦੇ। ਤੇ ਕਬੀਰ ਜੀ ਕਹਿੰਦੇ ਜੇ ਸੁਪਨੇ ਵਿੱਚ ਰਾਮ ਸੁਣਾਈ ਦਿੰਦਾ ਕਿਤੇ ਸੁਪਨੇ ਵਿੱਚ ਬੜਾ ਕੇ ਰਾਮ ਕਹਿੰਦਾ, ਕਹਿੰਦੇ ਨੇ ਬਸ ਮੈਂ ਤੇਰੀ ਇੰਨੀ ਸੇਵਾ ਕਰ ਸਕਣਾ, ਤੇਰੇ ਚਰਨਾਂ ਦਾ ਜੋੜਾ ਹੋਵੇ, ਮੇਰੇ ਤਨ ਦੀ ਚਮੜੀ ਹੋ ਜਾਏ, ਸੱਚ ਜਾਣੀ ਤੇਰਾ ਰਾਮ ਸਰ ਦਾ ਕੀਤਾ ਇਸ਼ਨਾਨ ਸਫਲ ਹੋ ਜਾਏਗਾ। ਸ਼ਬਦ ਸੀ ਕਬੀਰ ਸੁਪਨੇ ਖੂਬ ਰੜਾਇਕ ਹੈ, ਜੇ ਮੁਖ ਨਿਕਸੈ ਰਾਮ ਤਾਂ ਕੇ ਪਦ ਕੀ ਪਨ ਹੀ ਮੇਰੇ ਤਨ ਕੋ ਚਾਮ। ਜੇ ਰਾਮ ਸਰ ਦੇ ਇਸ਼ਨਾਨ ਕਰਨ ਤੁਰੇ ਤੇ ਕਦੀ ਗੁਰੂ ਤੇਗ ਬਹਾਦਰ ਜੀ ਦੇ ਬਚਨ ਨੂੰ ਪੱਲੇ ਬੰਨੀ, ਉੱਥੇ ਇਸ਼ਨਾਨ ਕਰਦਿਆਂ ਤੈਨੂੰ ਸੁਖਮਨੀ ਯਾਦ ਆਵੇ, ਉੱਥੇ ਇਸ਼ਨਾਨ ਕਰਦਿਆਂ ਤੈਨੂੰ ਸਮਝ ਪੈ ਜਾਏ ਕਿ ਸ਼ਬਦ ਗੁਰੂ ਹੀ ਮੇਰਾ ਗੁਰੂ ਹੈ, ਉੱਥੇ ਤੈਨੂੰ ਸਮਝ ਪੈ ਜਾਏ ਰਾਮ ਸਰ ਵਿੱਚ ਕਿ ਇੱਥੇ ਕੱਚੇ ਪਿੱਲਿਆਂ ਦੀ ਬਾਣੀ ਦਰਜ ਨਹੀਂ ਕੀਤੀ ਗਈ, ਭਾਵੇਂ ਉਹਨਾਂ ਆ ਕੇ ਧਮਕੀ ਵੀ ਦਿੱਤੀ। ਰਾਮ ਸਰ ਦੇ ਇਸ਼ਨਾਨ ਕਰਦਿਆਂ ਸਮਝ ਪੈ ਜਾਏ ਕਿ ਤੇਰੇ ਗੁਰੂ ਨੇ ਇੱਥੇ ਗੁਰੂ ਗ੍ਰੰਥ ਸਾਹਿਬ ਨੂੰ ਉੱਚੀ ਥਾਂ ਦਿੱਤੀ ਤੇ ਆਪ ਰਾਤ ਧਰਤੀ ਤੇ ਵਿਸ਼ਰਾਮ ਕੀਤਾ ਸੀ। ਜੇ ਰਾਮ ਸਰ ਦੇ ਇਸ਼ਨਾਨ ਕਰਨੇ ਉੱਥੇ ਜੋ ਗੁਰੂ ਨੇ ਰਹਿਮਤਾਂ ਵਰਤਾਈਆਂ ਉਹਨਾਂ ਨੂੰ ਫਿਰ ਦੇ ਵਿੱਚ ਧਾਰਨ ਕਰੀ ਤੇ ਜਦੋਂ ਰਾਮ ਸਰ ਤੇਰਾ ਅੰਦਰ ਬਣੇਗਾ ਫਿਰ ਸਾਹਿਬ ਨੇ ਉਹਨੂੰ ਬਾਣੀ ਵਿੱਚ ਕਿਹਾ ਕਿ ਰਾਮ ਨਾਮ ਉਰਮੈ ਗਏ ਹੋ, ਤੇਰਾ ਅੰਦਰ ਰਾਮ ਸਰ ਨਾਲ ਭਰਪੂਰ ਹੋ ਜਾਏ। ਰਾਮ ਨਾਮ ਉਰਮੈ ਗਏ ਹੋ ਜਾਂ ਕਹਿ ਖਮ ਨਹੀਂ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ। ਜਦੋਂ ਤੇਰੇ ਅੰਦਰ ਰਾਮ ਸਰ ਦੇ ਇਸ਼ਨਾਨ ਟਿਕ ਜਾਣਗੇ ਫਿਰ ਕਹਿੰਦੇ ਤੇਰੀ ਜ਼ਬਾਨ ਕਹੇਗੀ ਸਭੈ ਕਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਉਹ ਬੋਲੈ ਰੇ, ਪਰਮਾਤਮਾ ਤੋਂ ਬਿਨਾ ਕੋਈ ਦੂਜਾ ਨਹੀਂ। ਬੇਨਤੀ ਕਰਾਂ, ਪਹਿਲਾ ਇਸ਼ਨਾਨ ਰਾਮ ਸਰ ਦਾ ਮੰਨਿਆ ਗਿਆ ਕਿ ਰਾਮ ਸਰ ਦਾ ਇਸ਼ਨਾਨ ਆਪਣੇ ਅੰਦਰ ਦਾ ਵੀ ਇਸ਼ਨਾਨ ਕਰਾਈ। ਉਸ ਤੋਂ ਅੱਗੇ ਰਾਮ ਸਰ ਤੋਂ ਅਗਲਾ ਇਸ਼ਨਾਨ ਸਰੋਵਰ ਹੈ। ਮੈਂ ਬਾਬਾ ਦੀਪ ਸਿੰਘ ਦੇ ਬੁੰਗੇ ਵਾਲੇ ਪਾਸਿਓਂ ਅਰਜ਼ ਕਰਨ ਲੱਗਾ, ਅਗਲਾ ਸਰੋਵਰ ਹੈ ਬਿਬੇਕ ਸਰ। ਇਹ ਬਿਬੇਕ ਸਰ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਜੀ ਨੇ ਕਾਇਮ ਕੀਤਾ ਸੀ। ਇਸ ਸਰੋਵਰ ਦੀ ਸਿਰਜਣਾ ਹਜ਼ੂਰ ਦੇ ਵੇਲੇ ਹੋਈ। ਇਹਦਾ ਨਾਮ ਬਿਬੇਕ ਸਰ ਕਿਉਂ ਪੈ ਗਿਆ? ਆਪ ਸਿਆਣਿਆਂ ਨੂੰ ਪਤਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਇੱਕ ਪੱਖ ਨਾ ਕੇਵਲ ਰੱਖੀਏ ਕਿ ਸਾਹਿਬ ਨੇ ਦੋ ਕਿਰਪਾਨੀ ਕੇਵਲ ਪਾਈਆਂ, ਮੈਂ ਕਹਿੰਦਾ ਰੂਹਾਨੀਅਤ ਦੀ ਖੇਡ ਵੇਖਣੀ ਹੋਵੇ ਤੇ ਪ੍ਰੇਮ ਦੀ ਕਿਤੇ ਲਹਿਰ ਤੱਕਣੀ ਹੋਵੇ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਨੂੰ ਪੜ੍ਹੇ, ਕੇਵਲ ਖੜਕਧਾਰੀ ਨਹੀਂ, ਮੈਂ ਕਹਿੰਦਾ ਇਹ ਕੋਈ ਜੇ ਪ੍ਰੇਮ ਦੀ ਖਿੱਚ ਦੇ ਵੱਧੇ ਗੁਰੂ ਹਰਗੋਬਿੰਦ ਸਾਹਿਬ, ਜੇ ਕਿਤੇ ਨਾਨਕ ਮਤੇ ਦੀ ਧਰਤੀ ਤੇ ਅਲਮਸਤ ਵਗੈਰੇ ਵਰਗੇ ਕਹਿੰਦੇ ਨੇ ਦਾਤਾ, ਬਾਬੇ ਨਾਨਕ ਦੇ ਜਿੱਥੇ ਚਰਨ ਪਏ ਉਸ ਥਾਂ ਦੀ ਅੱਜ ਬੇਅਦਬੀ ਹੋ ਗਈ ਤੇ ਗੁਰੂ ਹਰਗੋਬਿੰਦ ਸਾਹਿਬ ਆਪ ਚੱਲ ਕੇ ਜਾਂਦੇ ਨੇ ਕੇਸਰ ਦੇ ਛਿੱਟੇ ਮਾਰ ਕੇ ਉਸ ਸੜੇ ਕੋਈ ਪਿੱਪਲ ਨੂੰ ਫਿਰ ਹਰਿਆਵਲ ਬਖਸ਼ ਦਿੰਦੇ। ਧੰਨ ਗੁਰੂ ਹਰਗੋਬਿੰਦ ਸਾਹਿਬ, ਉਹ ਜਿੱਥੇ ਦਲ ਭੰਜਨ ਗੁਰ ਸੂਰਮਾ ਹੈ ਉੱਥੇ ਬੰਦ ਜੋਧਾ ਵਪਾਰ ਉਪਕਾਰੀ ਨੇ। ਜੇ ਕਸ਼ਮੀਰ ਦੀ ਧਰਤੀ ਤੇ ਮਾਈ ਬਸਤਰ ਤਿਆਰ ਕਰਕੇ ਬੈਠੀਏ ਕਿ ਉਹਦੇ ਕੋਲ ਪਹੁੰਚਦੇ ਨੇ, ਜੇ ਭਾਈ ਸਾਧੂ ਤੇ ਰੂਪੇ ਵਰਗੇ ਪਾਣੀ ਭਰ ਕੇ ਬੈਠੇ ਨੇ ਠੰਡਾ ਕਿ ਗੁਰੂ ਹਰਗੋਬਿੰਦ ਸਾਹਿਬ ਉੱਥੇ ਪਹੁੰਚਦੇ ਨੇ, ਜੇ ਭਾਈ ਪੱਲੇ ਵਰਗੇ ਪੱਲੇ ਨਾਲ ਗੁੜ ਬਣ ਕੇ ਬੈਠੇ ਨੇ ਗੁਰੂ ਹਰਗੋਬਿੰਦ ਸਾਹਿਬ ਆਪ ਚੱਲ ਕੇ ਜਾਂਦੇ ਨੇ, ਜੇ ਭਾਈ ਸਾਈ ਦਾਸ ਵਰਗੇ ਘਰ ਬਣਾ ਕੇ ਕਹਿੰਦੇ ਨੇ ਘਰ ਵਿੱਚ ਤਾਂ ਪ੍ਰਵੇਸ਼ ਕਰਨਾ ਜੇ ਤੁਸੀਂ ਆਓ, ਤੇ ਗੁਰੂ ਹਰਗੋਬਿੰਦ ਸਾਹਿਬ ਉੱਥੇ ਜਾਂਦੇ ਨੇ। ਗੁਰੂ ਕੇ ਸਿੱਖੋ ਕੇਵਲ ਨੀਰੀ ਵਾਲਾ ਪੱਖ ਨਹੀਂ, ਹਜ਼ੂਰ ਨੇ ਅੰਦਰੋਂ ਪ੍ਰੇਮ ਦੇ ਸਰੋਵਰ ਨੇ। ਬਿਬੇਕ ਸਰ ਕਿਉਂ ਕਾਇਮ ਕੀਤਾ ਗਿਆ? ਗੁਰਮੁਖ ਜਿਹੜੇ ਨਾਮ ਅਭਿਆਸੀ ਸਿੱਖ ਸਨ, ਭਜਨ ਬੰਦਗੀ ਦੇ ਪੁਤਲੇ ਸਨ, ਕਿਉਂਕਿ ਉਦੋਂ ਅੱਜ ਦੀ ਤਰ੍ਹਾਂ ਨਹੀਂ ਕਿ ਕੇਵਲ ਕਹਿਣ ਮਾਤਰ ਬਾਹਰ ਦਾ ਭੇਖ ਹੁੰਦਾ ਸੀ, ਉਦੋਂ ਆਪਣੇ ਅੰਦਰੋਂ ਦਿਨ ਰਾਤ ਸ਼ਬਦ ਦੇ ਖੋਜੀ ਸਿੱਖ ਸ਼ਬਦ ਦੀ ਕਮਾਈ ਕਰਦੇ ਸਨ। ਜਿਹੜੇ ਨਾਮ ਦੇ ਰਸੀਏ ਸ਼ਬਦ ਨੂੰ ਕਮਾਉਣ ਵਾਲੇ ਸਨ, ਧੰਨ ਗੁਰੂ ਹਰਗੋਬਿੰਦ ਸਾਹਿਬ ਇਸ ਅਸਥਾਨ ਤੇ ਆਉਂਦੇ ਸਨ। ਇਸ ਸਰੋਵਰ ਦੇ ਕਿਨਾਰੇ ਉਹ ਬਿਹੰਗਮ ਦਰਸ ਜਿਨ੍ਹਾਂ ਨੂੰ ਪਰਮਾਤਮਾ ਤੇ ਗੁਰੂ ਤੋਂ ਬਿਨਾਂ ਕਿਸੇ ਦੀ ਓਟ ਨਹੀਂ, ਉਹਨਾਂ ਨੇ ਇੱਥੇ ਆਉਣਾ
ਹਜ਼ੂਰ ਨੇ ਉਹਨਾਂ ਵਿਵੇਕੀ ਸਿੱਖਾਂ ਨੂੰ ਮਿਲਣਾ, ਉਹਨਾਂ ਨਾਲ ਪਰਮਾਰਥ ਦੀਆਂ ਗੱਲਾਂ, ਪਰਮਾਤਮਾ ਦੇ ਘਰ ਜਾਣ ਦੀ ਉਹਨਾਂ ਨੂੰ ਜੁਗਤ ਬਿਰਧ ਦਰਸਾਉਣੀ, ਤੇ ਸੱਚ ਜਾਣੋ ਜਿੱਥੇ ਵਿਵੇਕੀ ਆ ਕੇ ਬੈਠਦੇ ਸਨ ਉੱਥੇ ਵਿਵੇਕ ਸਰ ਹੈ। ਕਹਿੰਦੇ ਨੇ ਜੇ ਤੂੰ ਵਿਵੇਕ ਸਰ ਦੇ ਇਸ਼ਨਾਨ ਕਰੇ ਤੇ ਨਾਲ ਅਰਦਾਸ ਕਰੀ, ਰੱਬ ਤੈਨੂੰ ਅੰਦਰ ਦਾ ਵਿਵੇਕ ਵੀ ਬਖਸ਼। ਉਹ ਵਿਵੇਕ ਕੀ ਹੈ? ਵੈਸੇ ਪਿਛਲੇ ਦਿਨੀ ਜਦੋਂ ਅਰਦਾਸ ਦੀ ਕਥਾ ਇੱਥੇ ਪਹੁੰਚੀ ਸੀ ਕਿ ਵਿਵੇਕ ਦਾਨ, ਉਦਣ ਬੜੀ ਖੁੱਲ ਕੇ ਵਿਚਾਰ ਕੀਤੀ। ਅੱਜ ਮੈਂ ਫਿਰ ਬੇਨਤੀ ਕਰਦੀ ਹਾਂ ਕਿ ਵਿਵੇਕ ਦਾ ਅਰਥ ਹੈ ਚੰਗੀ ਸੂਝ। ਚੰਗੀ ਸੂਝ ਦਾ ਅਰਥ ਕੇਵਲ ਪਦਾਰਥਾਂ ਦੀ ਕਮਾਣ ਵਾਲੀ ਸੂਝ ਨਹੀਂ, ਉਹ ਸੂਝ ਜਿਹੜੀ ਸਰੀਰ ਵਿੱਚ ਰਹਿੰਦਿਆਂ ਸਰੀਰ ਵਿੱਚੋਂ ਨਿਕਲਣ ਦੀ ਜਾਚ ਸਿੱਖੀ ਹੋਵੇ, ਉਹ ਸੂਝ ਜਿਹੜੀ ਗੁਰਮਤ ਤੇ ਦੁਰਮਤ ਨੂੰ ਨਖੇੜ ਸਕੇ, ਉਹ ਸੂਝ ਜਿਹੜੀ ਖੰਸ ਦੀ ਤਰ੍ਹਾਂ ਕੇਵਲ ਮੋਤੀ ਦੀ ਖੁਰਾਕ ਬਣਾਏ, ਦੁੱਧ ਤੇ ਪਾਣੀ ਨੂੰ ਨਖੇੜ ਸਕੇ। ਤੇ ਸੱਚ ਜਾਣੋ ਵਿਵੇਕੀ ਹੈ ਹੀ ਉਹ ਜਿਹਨੇ ਮਾਇਆ ਦੇ ਬੰਧਨ ਕਰ ਦਿੱਤੇ। ਮੈਂ ਇੱਕ ਬੇਨਤੀ ਕਰਨੀ ਹੈ, ਕਬੀਰ ਸਾਹਿਬ ਦਾ ਸ਼ਬਦ ਹੈ, ਅਰਜ਼ ਕਰ ਰਿਹਾ ਨਾ, ਪਹਿਲਾਂ ਰਾਮ ਸਰ ਕੀ, ਇੱਥੇ ਇਸ਼ਨਾਨ ਕਰੀ ਤੈਨੂੰ ਰਾਮ ਚੇਤੇ ਆਵੇ, ਸਰਬ ਵਿਆਪਕ ਪ੍ਰਭੂ ਦੀ ਯਾਦ ਤੇਰੇ ਅੰਦਰ ਵਸੇ, ਤੈਨੂੰ ਸਮਝ ਪੈ ਜਾ ਮੇਰੇ ਗੁਰੂ ਨੇ, ਇੱਥੇ ਮੈਨੂੰ ਸ਼ਬਦ ਗੁਰੂ ਦੇ ਲੱਗਣ ਤੋਂ ਪਹਿਲਾਂ ਇੱਥੇ ਸ਼ਬਦ ਗੁਰੂ ਨੂੰ ਇਕੱਤਰ ਕੀਤੀ ਭੀੜ ਸੀ, ਤੈਨੂੰ ਇਸ ਤੋਂ ਅੱਗੇ ਸਮਝ ਪੈ ਜਾ ਮੈਂ ਵਿਵੇਕ ਸਰ ਚੱਲਿਆ ਹਾਂ। ਤੇ ਲੋਕ ਵਿਵੇਕ ਭਾਲਣ ਲਈ ਦਿਨ ਰਾਤ ਤਰਲੇ ਮਿੰਤਾਂ ਕਰਦੇ ਨੇ, ਪਰ ਤੂੰ ਕੀਰਤਨ ਕਰਨਾ ਸ਼ੁਰੂ ਕਰੀ, ਤੈਨੂੰ ਕੀਰਤਨ ਵਿੱਚੋਂ ਵਿਵੇਕ ਦੀ ਦਾਤ ਮਿਲੇਗੀ। ਮੇਰੇ ਗੁਰੂ ਅਰਜਨ ਸਾਹਿਬ ਨੇ ਸ਼ਬਦ ਕਹੇ ਨੇ ਕਿ ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਲੰਗਮ ਸਾਦੇ, ਪੰਚ ਜਨਾ ਚੋ ਸੰਗ ਨਾ ਛੁਟਕਿਓ, ਅਧਕ ਅੰਗ ਬੁੱਧ ਬਾਂਧੇ। ਪਿਆਰੇ ਇਨ ਵਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੈ। ਬੁੱਧ ਵਿਵੇਕਾ ਤੂੰ ਵਿਵੇਕ ਸਰ ਹੈ, ਤੇ ਇੱਥੇ ਫਿਰ ਇੱਕ ਆਵਾਜ਼ ਆਏਗੀ, ਜੇ ਵਿਵੇਕ ਲੈਣਾ ਹੀ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮ ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਦੇਖ ਜੇ ਤੂੰ ਵਿਵੇਕ ਨੂੰ ਹਾਸਲ ਕਰਨਾ ਤੇ ਗੁਰਮੁਖਾਂ ਪ੍ਰਭੂ ਦੀ ਕੀਰਤੀ ਨਾਲ ਜੁੜ, ਗੁਰੂ ਕੇ ਸਿੱਖੋ। ਇੱਕ ਜਿਹੜੀ ਬੇਨਤੀ ਮੈਂ ਕਰਨੀ ਚਾਹੁੰਦਾ, ਬਾਬਾ ਕਬੀਰ ਜੀ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਲੋਕਾਂ ਕੋਲ ਦੌਲਤ ਹੈ ਪਰ ਵਿਵੇਕ ਨਹੀਂ, ਕਹਿਣ ਲੱਗੇ ਲੋਕਾਂ ਕੋਲ ਤਾਕਤ ਹੈ ਪਰ ਸੂਝ ਵਿਵੇਕ ਨਹੀਂ। ਜਿਸ ਨੂੰ ਰੱਬ ਨੇ ਦੌਲਤ ਦੇ ਨਾਲ ਵਿਵੇਕ ਦੇ ਦਿੱਤਾ, ਦੌਲਤ ਦੇ ਨਾਲ ਸੂਝ ਦੇ ਦਿੱਤੀ, ਤਾਕਤ ਦੇ ਨਾਲ ਉਹਨੂੰ ਅੰਦਰ ਦੀ ਵਿਵੇਕ ਸੋਝੀ ਦਿੱਤੀ, ਉਹਨੂੰ ਪਤਾ ਕਿ ਤਾਕਤ ਨੂੰ ਵਰਤਣਾ ਕਿਵੇਂ। ਉਹਨਾਂ ਨੇ ਮਾਇਆ ਦੀ ਗੱਲ ਬੜੀ ਬੜੀ ਕੀਤੀ ਤੇ ਮੈਂ ਇੱਕ ਦਿਨ ਅਰਜ਼ ਕੀਤੀ ਸੀ, ਇੱਕ ਥਾਂ ਉਹਨਾਂ ਵੀ ਆ ਕੇ ਕਹਿ ਦਿੱਤਾ, ਕਹਿਣ ਲੱਗੇ ਠੀਕ ਹੈ ਪਰ ਨਾਲ ਕਹਿਣ ਲੱਗੇ ਜੇ ਤੂੰ ਬਿਨਾਂ ਗੁਜ਼ਾਰਾ ਨਹੀਂ। ਕਿਉਂ? ਕਹਿਣ ਲੱਗੇ ਜੇ ਕਿਸੇ ਰਾਹੀਂ ਰਾਤ ਨੂੰ ਘਰ ਆ ਜਾਏ, ਸ਼ਕਨ ਨੂੰ ਪ੍ਰਸ਼ਾਦਾ ਮੰਗੇ ਤੇ ਅੱਗੋਂ ਕਹਿ ਦਈਏ ਮੇਰੇ ਪੱਲੇ ਕੁਛ ਹੈ ਹੀ ਨਹੀਂ, ਕਹਿਣ ਲੱਗੇ ਮੇਰੇ ਮਾਲਕਾ ਬਿਨਾਂ ਸੁਹਾਗਣ ਤੋਂ ਕਈ ਵਾਰੀ ਗ੍ਰਿਸ਼ਤੀ ਨੂੰ ਦੋਸ਼ ਲੱਗਦੇ ਨੇ, ਉਹਨਾਂ ਗ੍ਰਿਸ਼ਤੀ ਸ਼ਬਦ ਵਰਤੇ। ਕਹਿਣ ਲੱਗੇ ਗ੍ਰਹਿ ਸ਼ੋਭਾ ਜਾ ਕੇ ਰੇ ਨਾਹੇ, ਆਵਤ ਪਹੀਆ, ਪਹੀਆ ਦਾ ਅਰਥ ਹੁੰਦਾ ਪੈ ਤੇ ਚੱਲਣ ਵਾਲਾ, ਰਸਤੇ ਤੇ ਚੱਲਣ ਵਾਲਾ ਬਟਉ, ਆਵਤ ਪਹੀਆ ਖੁਦੇ ਜਾਹੇ। ਕਹਿਣ ਲੱਗੇ ਵਾਕੈ ਅੰਤਰ ਨਹੀਂ ਸੰਤੋਖ, ਬਿਨਾਂ ਸੁਹਾਗਣ ਲਾਗੈ ਦੋਸ਼। ਜੇ ਗ੍ਰਿਸ਼ਤੀ ਦੇ ਘਰ ਵਿੱਚ ਨਹੀਂ, ਇੱਕ ਮਹਾਂਪੁਰਸ਼ ਬੜੀ ਕਰਨੀ ਵਾਲੇ ਬਚਨ ਕਹਿੰਦੇ ਸਨ, ਮੈਂ ਇਸ ਨੂੰ ਕਹਿੰਦਿਆਂ ਕੋਈ ਵੀ ਘਬਰਾਹਟ ਨਹੀਂ ਮਹਿਸੂਸ ਕਰਦਾ। ਉਹ ਕਹਿੰਦੇ ਸਨ ਕਿ ਜਿਸ ਗ੍ਰਿਸ਼ਤੀ ਦੀ ਰੁਝੇ ਵਿੱਚ ਟਕੇ ਨਹੀਂ, ਤੇ ਸੱਚ ਜਾਣੋ ਉਹ ਵਿਚਾਰਾ ਟਕੇ ਦਾ ਨਹੀਂ। ਕਹਿਣ ਲੱਗਾ ਜਿੰਨੇ ਸੰਤ ਨੇ ਜੇਬ ਟਕਿਆਂ ਨਾਲ ਭਰੀਏ, ਸੱਚ ਜਾਣੋ ਉਹ ਵੀ ਟਕੇ ਦਾ ਨਹੀਂ। ਟਕੋ ਹਾਂ ਸ਼ਬਦ ਸਨ, ਤੇ ਗੁਰੂ ਗ੍ਰੰਥ ਸਾਹਿਬ ਨੇ ਟਿਕਿਆ। ਕਹਿਣ ਲੱਗੇ ਕਬੀਰ ਜੋ ਗ੍ਰਹਿ ਕਰੈ ਤਾਂ ਧਰਮ ਕਰ, ਜੇ ਤੈਨੂੰ ਰੱਬ ਨੇ ਦ੍ਰਿਸ਼ਟੀ ਪੁਣਾ ਦਿੱਤਾ, ਤੈਨੂੰ ਇੰਨੀ ਵਿਵੇਕ ਮਤ ਆ ਜਾਏ। ਹੁਣ ਅਸੀਂ ਸਮਝਨੇ ਆ ਦ੍ਰਿਸ਼ ਦੀ ਪਰਿਭਾਸ਼ਾ ਸੀ ਕੀ ਬਣਾਈਏ, ਅਸੀਂ ਵਿਵੇਕ ਸਰ ਤੋਂ ਵਿਵੇਕ ਮੰਗੀਏ, ਅੰਮ੍ਰਿਤਸਰ ਜਾਂਦੇ ਹਾਂ ਕਿਤੇ ਉਸ ਥਾਂ ਤੇ ਖਲੋ ਕੇ ਬੇਨਤੀ ਕਰੀਏ। ਮੈਂ ਅੱਗੇ ਚੱਲ ਕੇ ਬੇਨਤੀ ਫਿਰ ਕਰਾਂਗਾ, ਇਹਨਾਂ ਥਾਵਾਂ ਨੂੰ ਨਿਰਮੂਲ ਨਾ ਜਾਣੋ, ਐਵੇਂ ਸੱਚ ਨਾ ਪਾਓ। ਕਦੀ ਗੁਰੂ ਹਰਗੋਬਿੰਦ ਸਾਹਿਬ ਦੇ ਥਾਂ ਤੇ ਖਲੋ ਕੇ ਇੱਕ ਬੇਨਤੀ ਕਰੀਏ ਕਿ ਮੇਰੇ ਦਾਦਾ ਜੀ ਤੂੰ ਸਾਨੂੰ ਵਿਵੇਕ ਦੇ, ਇਹ ਸਮਝ ਪੈ ਜਾਏ ਕਿ ਗ੍ਰਿਸ਼ਤ ਕੀ ਹੁੰਦਾ। ਵਿਵੇਕ ਤੋਂ ਬਿਨਾਂ ਅਸੀਂ ਅੱਧੀ ਤੁਕ ਜ਼ਰੂਰ ਕਹਿੰਦੇ, ਜਿਸ ਗ੍ਰਿਸ਼ਤੀ ਨੂੰ ਮਿਲੋ ਉਹ ਇੱਕੋ ਗੱਲ ਕਹਿੰਦਾ, ਗੁਰੂ ਸਾਹਿਬ ਨੇ ਤਾਂ ਸਾਨੂੰ ਖੁੱਲ ਦਿੱਤੀ ਹੈ, ਅੱਧੀ ਤੁਕ ਸਾਰਿਆਂ ਨੂੰ ਚੇਤੇ ਜੋ ਸੱਚ ਜਾਣੋ। ਜਿਹੜੇ ਬਾਣੀ ਪੜ੍ਹਦੇ ਨੇ, ਹੱਸ ਆਉਂਦਿਆਂ, ਖੇਲ ਆਉਂਦਿਆਂ, ਪਹਿ ਲੈਂਦਿਆਂ, ਖਾ ਬੰਦਿਆਂ, ਵਿਚੈ ਹੋਵੇ
मुकत अद्धी दुख का चेते रह कली भी खांदियां हसदियां खेडदियां इहदा मतलब यह नहीं कि सारी रात क्लबां विच पबां विच घूमिया ते परत के कहीए भी गुरु ने कहा विचे होवे मुकत है। पहली दुख कदी ना भुलियो मुक्त होवेगा नानक सतगुर भेटिया पूरी होवे जुगत। हुण पहली दुख तां चेते कोई नहीं रखी जिवें असीं तुकां दी वरतों अपने हिसाब नाल करनी है ना। लैली गड्डी मैं उत्थे इंडिया कर्ज भी कीती सी उत्थे बहुत वड्डी एक चीज चली पई है मां बाप दे गले मेरा बह के विशा नहीं पर समय नूं सामने रख के गल करनी माड़ी गल नहीं। ਉਹ ਕੀ ਕਰਨਾ ਮਾਂ ਬਾਪ ਦੇ ਗਲੇ ਵਿੱਚ ਅੰਗੂਠਾ ਰੱਖ ਕੇ ਅਮੀਰਾਂ ਦੀ ਬਰਾਬਰੀ ਲਈ ਲੈ ਲੈਣੀ ਗੱਡੀ ਤੇ ਮਗਰੇ ਵੱਡਾ ਸਾਰਾ ਸਪੀਕਰ ਲਾ ਕੇ ਤੇ ਕੰਨਾਂ ਵਿੱਚ ਨੱਤੀਆਂ ਪਾ ਕੇ ਗਲ ਵਿੱਚ ਖੰਡੇ ਸੋਨੇ ਦੇ ਪਾ ਕੇ ਤੇ ਪਿੱਛੇ ਲਿਖ ਦੇਣਾ ਇਸ ਦਾਤ ਤੇਰੀ ਦਾਤਾਰ ਤੇ ਗੁਰੂ ਕੇ ਸਿੱਖੋ। ਇਸ ਤੁਕ ਦੀ ਦੁਰਵਰਤੋਂ ਹੀ ਹੈ ਨਾ ਇਸ ਦਾਤ ਤੇਰੀ ਦਾਤਾਰ ਗੱਡੀ ਪਿੱਛੇ ਲਿਖਣ ਲਈ ਨਹੀਂ ਖਿਮਾ ਕਰਿਓ ਮਹਾਂਪੁਰਸ਼ ਦੀ ਨਿਸ਼ਾਨੀ ਹੈ ਜਿਹੜਾ ਸੁੱਖ ਆਵੇ ਤੇ ਕਹਿੰਦਾ ਦਾਤਾ ਤੇਰੀ ਦਾਤ ਹੈ ਤੇ ਜਿੱਦਣ ਪੁੱਤਰ ਦੀ ਮੌਤ ਹੋ ਜਾਏ ਉਦਣ ਵੀ ਕਹਿੰਦਾ ਦਾਤਾ ਤੇਰੀ ਦਾਤ। ਅੱਧੀ ਤੁਕ ਵਰਤਣੀ ਹੈ ਪਹਿਲੀ ਤੁਕ ਕਿਉਂ ਨੀ ਪੜਦੇ ਕਿ ਕੇਤਿਆਂ ਦੁੱਖ ਭੂਖ ਸਦਮਾਰ ਕੌਣ ਮਾਈ ਕਾ ਲਾਲ ਕਹਿ ਗਏ ਪੀ ਦਾਤ ਤੇਰੀ ਦਾਤਾਰ। ਆਪਣੀ ਮਰਜ਼ੀ ਦੀ ਤੁਕ ਦੀ ਕਿ ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾ ਲੈਂਦਿਆਂ ਵਿਚੈ ਹੋਵੇ ਮੁਕਤ ਪਰ ਪਹਿਲਾ ਬਚਨ ਨਾ ਪੜਿਆ ਕਿ ਨਾਨਕ ਸਤਿਗੁਰ ਭੇਟਿਆ। ਸਤਿਗੁਰੂ ਤਾਂ ਭੇਟਿਆ ਜਾਂਦਾ ਭੇਟਣ ਦਾ ਪਿੱਟਣਾ ਨਹੀਂ। ਦੇਖੋ ਭੱਬੇ ਨੂੰ ਸਿਹਾਰੀ ਨੀ ਭੱਬੇ ਨੂੰ ਲਾਹ ਲੱਗੀ ਚੇਤੇ ਰੱਖੋ ਜਦੋਂ ਸਿਹਾਰੀ ਲੱਗ ਗਈ ਤੇ ਉਹ ਪਿੱਟਣਾ ਬਣ ਜਾਏਗਾ। ਮੈਂ ਕਹਿੰਦਾ ਅਸੀਂ ਭੇਟਦੇ ਨੀ ਅਸੀਂ ਭਿੱਟ ਬਣਾ ਦਿੱਤੀ ਗੁਰੂ ਨੇੜੇ ਨੀ ਜਾਣਾ ਜੇ ਨੇੜੇ ਗਏ ਭਿੱਟੇ ਜਾਣਗੇ। ਖਿਮਾ ਕਰਿਓ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ ਜੇ ਪੂਰੇ ਗੁਰੂ ਨੂੰ ਮਿਲਾਂਗੇ ਤੇ ਮਿਲਣ ਦਾ ਭਾਵ ਕੀ ਹੈ ਜਿਸਨ ਆਪਣਾ ਅੰਦਰ ਖੋਲ੍ਹ ਕੇ ਗੁਰੂ ਦੇ ਸਾਹਮਣੇ ਰੱਖ ਦੀਏ। ਅੰਦਰ ਖੋਲਣ ਦਾ ਭਾਵ ਲਿਸ਼ਟਾਂ ਬਣਾ ਕੇ ਅਰਦਾਸ ਕਰਨਾ ਨਹੀਂ ਅੰਦਰ ਖੋਲਣ ਦਾ ਭਾਵ ਇਹ ਕਿ ਆਪਣੇ ਗੁਰੂ ਨਾਲ ਇਕਾਂਤ ਵਿੱਚ ਬੈਠ ਕੇ ਸ਼ਬਦ ਪੜ੍ਹ ਕੇ ਗੱਲਾਂ ਕਰਨੀਆਂ। ਜਿਹੜੀ ਬੇਨਤੀ ਮੈਂ ਕਰਨ ਲੱਗਾ ਕਬੀਰ ਜੀ ਨੇ ਕਿਹਾ ਕਹਿਣ ਲੱਗੇ ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ ਵਿਵੇਕੀ ਬਣੇ ਜੇ ਗ੍ਰਿਸ਼ਤੀ ਬਣਿਆ ਤੇ ਧਰਮ ਕਮਾਈ ਤੇ ਜੇ ਧਰਮ ਨਹੀਂ ਕਮਾਉਣਾ ਨਾ ਤੇ ਜੇ ਤੂੰ ਗ੍ਰਿਸ਼ਤ ਵਿੱਚ ਰਹਿ ਕੇ ਧਰਮ ਨਹੀਂ ਕਮਾਉਣਾ ਤੇ ਛੱਡ ਗ੍ਰਿਸ਼ਤ ਨੂੰ ਨਾ ਹੀ ਤਾਂ ਕਰ ਬੈਰਾਗ। ਉਹਨਾਂ ਦਾ ਅਖੀਰਲਾ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਲੋਕ ਹੀ ਇਹ ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ ਨਾ ਹੀ ਤਾਂ ਕਰ ਬੈਰਾਗ ਬੈਰਾਗੀ ਬੰਧਨ ਕਰੇ ਤਾਂ ਕੋ ਵੱਡੋ ਅਪਾਰ ਹੋ ਕੇ ਬੈਰਾਗੀ ਤੇ ਤੈਨੂੰ ਇਸ ਮਾਇਆ ਦੀਆਂ ਜ਼ੰਜੀਰਾਂ ਨੇ ਜਕੜਿਆ ਹੋਵੇ। ਕਹਿਣ ਲੱਗੇ ਏਦੂ ਵੱਡੇ ਮਨ ਦੇ ਭਾਗ ਸਾਧ ਦੇ ਹੈ ਹੀ ਨਹੀਂ ਜਿਹੜਾ ਸਾਧੂ ਬਣ ਕੇ ਵੀ ਜ਼ੰਜੀਰਾਂ ਨਾਲ ਹੀ ਜਕੜਿਆ ਪਿਆ। ਵਿਵੇਕ ਮਤ ਕੀ ਵਿਵੇਕ ਸਰ ਕੀ ਜਾਣੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਪੁੱਛੀਏ ਦਾਤਾ ਵਿਵੇਕ ਸਰ ਦੇ ਇਸ਼ਨਾਨ ਸਿੱਖ ਲੋਚਦਾ ਪਿਆ ਹੈ। ਕਬੀਰ ਜੀ ਨੇ ਉੱਥੇ ਵਿਵੇਕੀਆਂ ਸੰਬੰਧੀ ਇੱਕ ਬਚਨ ਕਿਹਾ ਕਹਿਣ ਲੱਗੇ ਲੋਕਾਂ ਕੋਲ ਤਾਕਤ ਹੈ ਪਰ ਵਿਵੇਕ ਨਹੀਂ। ਉਹਨਾਂ ਦਾ ਸ਼ਬਦ ਹੁੰਦਾ ਹੈ ਇੱਕ ਤਪੱਤਰ ਭਰ ਉਰਕਟ ਉਰਕਟ ਇੱਕ ਤਪੱਤਰ ਭਰ ਪਾਣੀ ਆਸ ਪਾਸ ਪੰਚ ਜੋਗੀਆ ਬੈਠੇ ਬੀਚ ਨਕਟ ਦੇ ਰਾਣੀ। ਹੁਣ ਅਗਲੀ ਤੋਕੇ ਕਦੀ ਤੱਕੋ ਇਹ ਕੌਣ ਕੱਟੇਗਾ ਇਹਦੀਆਂ ਜ਼ੰਜੀਰਾਂ। ਅਰਥ ਆਪ ਜੀ ਦੇ ਸਮਕਸ਼ ਬੇਨਤੀ ਕਰਦੇ ਹਾਂ ਇੱਕ ਪੱਤਰ ਦਰ ਤੇ ਇੱਕ ਭਾਂਡੇ ਵਿੱਚ ਕੁੱਕੜ ਰਿੰਨ ਕੇ ਪਾ ਲਿਆ ਇੱਕ ਭਾਂਡੇ ਦੇ ਵਿੱਚ ਸ਼ਰਾਬ ਪਾ ਲਿਆ। ਕਹਿਣ ਲੱਗੇ ਚਾਰ ਚੁਫੇਰੇ ਉਹ ਬਹਿ ਗਏ ਜਿਨ੍ਹਾਂ ਦੇ ਅੰਦਰ ਪੰਜ ਵਿਕਾਰਾਂ ਦਾ ਬੋਲ ਬਾਲਾ ਹੈ। ਕਹਿੰਦੇ ਨੇ ਇਹਨਾਂ ਦੇ ਅੰਦਰ ਨੱਕ ਕੱਚੀ ਮਾਇਆ ਬੋਲਦੀ ਏ ਪਰ ਕਹਿੰਦੇ ਨੇ ਜਿਹਨੂੰ ਵਿਵੇਕ ਪਰ ਨਾਉਣ ਦੀ ਜਾਚ ਆ ਜਾਏ ਸੱਚ ਜਾਣੋ ਇਸ ਨੱਕ ਕੱਤੀ ਨੂੰ ਵਿਵੇਕੀ ਕੱਟ ਕੇ ਰੱਖ ਦਿੰਦਾ। ਉੱਥੇ ਵਿਵੇਕੀ ਸ਼ਬਦ ਵਰਤੇ ਆ ਇੱਕ ਤਪੱਤਰ ਭਰ ਉਰਕਟ ਪੁਰਕਟ ਇੱਕ ਤਪੱਤਰ ਭਰ ਪਾਨੀ ਆਸ ਪਾਸ ਪੰਚ ਜੋਗੀਆ ਬੈਠੇ ਬੀਚ ਨਕਟ ਦੇ ਰਾਨੀ ਨਕਤੀ ਕੋ ਥਨਗਨ ਬਾਜਾ ਡੂ। ਇਹਦਾ ਅਰਥ ਨੱਕ ਕੱਤੀ ਮਾਇਆ ਆਪਣਾ ਬਾਜਾ ਵਜਾਉਂਦੀ ਏ ਕਿ ਮੈਂ ਵਿਵੇਕੀ ਕਾਟੀ ਤੂੰ ਕੋਈ ਟਾਵਾਂ ਟਾਵਾਂ ਵਿਵੇਕੀ ਏ ਜਿਹਨੇ ਇਹਨੂੰ ਕੱਟ ਦਿੱਤਾ। ਹੈ ਰਾਮ ਸਰ ਤੋਂ ਬਾਅਦ ਸਿੱਖ ਵਿਵੇਕ ਸਰ ਵਾਲੇ ਪਾਸੇ ਜਾਂਦਾ। ਮੇਰਾ ਖਿਆਲ ਹੈ ਕਈ ਸੱਜਣ ਤਾਂ ਹੋਣੇ ਨੇ ਜਿਨ੍ਹਾਂ ਨੇ ਪੰਜਾਂ ਦੇ ਦਰਸ਼ਨ ਹੀ ਨਹੀਂ ਕੀਤੇ। ਇਸ਼ਨਾਨ ਦੀ ਗੱਲ ਤਾਂ ਦੂਰ ਰਾਮਸਰ ਰਾਮਸਰ ਤੋਂ ਅੱਗੇ ਤੂੰ ਵਿਵੇਕ ਮੰਗੀ ਕਿਉਂਕਿ ਵਿਵੇਕ ਨਾਮ ਤੋਂ ਬਿਨਾਂ ਆਉਣੇ ਨਹੀਂ। ਰਾਮ ਜਪਣ ਤੋਂ ਬਿਨਾਂ ਨਾਮ ਜਪਣ ਤੋਂ ਬਿਨਾਂ ਵਿਵੇਕ ਨਹੀਂ। ਵਿਵੇਕ ਸਰ ਤੋਂ ਅਗਲਾ ਤੂੰ ਤੱਕ ਮੈਂ ਉੱਥੇ ਹੈ ਕੌਲ ਸਰ। ਮੈਂ ਬੰਦੀ ਤਰਤੀਬ ਨਹੀਂ ਦਿੱਤੀ ਇਸ਼ਨਾਨ ਦੀ ਤਰਤੀਬ ਦਿੱਤੀ ਏ। ਕੌਲ ਦਾ ਅਰਥ ਕੀ ਹੈ ਵੈਸੇ ਭਾਵਾਂ ਇਹ ਬੀਬੀ ਕੌਲਾਂ ਦੇ ਨਾਮ ਤੇ ਰੱਖਿਆ ਗਿਆ ਹੈ। ਬਾਅਦ ਵਿੱਚ ਇਤਿਹਾਸਕਾਰਾਂ ਨੇ ਇਤਿਹਾਸ ਲਿਖੇ
कई तरह दियां ऊंजा उस बीबी नूं लाइया, पर माई बीबी कौला ओहदे जीवन नूं कदी पढ़ के देखियो। ये काजी की बच्ची गुरु ग्रंथ साहिब जी की मेहर सदका, गुरु अर्जुन देव की कृपा सदका, मीर भाई साईं मियां मीर की संगत की, सुखमनी साहब का इन पाठ जबानी कंठ से। यह बीबी कौला सुखमनी साहब का पाठ कर दिए, बाप तो बर्दाश्त नहीं होंदा। उन्हें कहने इस बच्ची से इं कह लो कि कट्टर पंथियां ने ये तशद्दुद करना शुरू किया। साईं मियां मीर वर्गे फकीर ने कहा, बेटा इस समय जे तेरा बचाव सकता है ते केवल गुरु नानक साहब दे घर अंदर हजूर कृपालू दे दर ते आई बीबी कौला। अखीर तेनी कृपा की, उस पवित्र जीवन वाली बीबी दे नाम ते एक सरोवर बनाया जिन्हू आपां कहने कौल सर। पर इहदे भाव अर्थ की ने? देखो कौल सर दे बिलकुल नाल बाबा अटल जी धन गुरु हरगोबिंद साहब दे पुत्र उन्हां दा स्थान, बाबा अटल दे नाल कौल सर दोनों इकट्ठे ने। गुरु के सिखो जिस कोल विवेक होवेगा सच जानो ओनू कमल की तरह निर्लेप रहन की जाच आउंदी है। जिदे कोल विवेक होवेगा गुरमुख ओनू रब अंदर दे खिरदे कौल कुल दा खेड़ा दिंदा हुंदा। अमृतसर तक पहुंचना सी क्योंकि सिख की मंजिल हरिमंदर विच समाना है। असीं जदों सवेरे अरदास होने हां ते अरदासी रोज एक शब्द कहिंदे ने कि सचखंड श्री हरिमंदर साहिब, दो शब्द वरते ने सचखंड। सिख की मंजिल सचखंड है। राम सर दे इशनान करी तेनू विवेक सर दे इशनान मिलणगे। विवेक सर जे तू इशनान कर लै विवेकी बन गयो तेनू कमल फुल दे विच बड़े गोनी। ते बाणी ने तीन शब्द कहे ने, कहिंदे ने कमल दे फुल विचों निर्लेप रहण की जात मिलदी है, कौल दे फुल विचों धरती ते रह के उच्चे नूं प्यार करन की जात मिलदी है। सच जानी कमल कोलो दुख ते सुख हंडा के भी अपने प्यारे नूं प्यार करन दी जात मिलदी है। कौल सर दा इशनान तेरे अंदर दे खिरदे कौल दा खेड़ा तेनूं दे दे। देखो दोख प्रमाण बाणी विच अर्ज करने ने। साहिब ने कहा जे दुनिया विच रहने ते कमल दी तरह असीं पढ़ने, जैसे जल में कमल निरालम मुरगाई नै साणे, शब्द सुरत पव सागर करिया नानक नाम वखाणे। दूजा उन्होंने बचन किया है कि कमल फुल की तरह पहली गल निर्लेप रही, ते दूसरी बेनती करा कि कमल फुल की तरह जे गुरु कोल रहिंदिआं तेनू दुख भी आ जाए, इहदा मतलब ये नहीं गुरु सरोवर नूं छड के जाए। कमल का फुल पानी दियां ठोकरां खांदा है पर कदी भी वह पानी नूं त्यागन नूं तैयार नहीं। साहिब ने दूसरा गुण दसिया, कहन लगे रे मन ऐसी फरसों प्रीत कर। साहब ने कहा जैसी जल कमले लहरी नाल पिछाड़िया ती जिगसै असने। कमल दा फुल लहरां खा के भी सट तां भी खेड़े विच है, चिक्कड़ तो निर्लेप है। तीजा गुण ओहदा इह है कि धरती ते रह के आसमान विच चमकण वाले सूरज नूं ओह प्यार करदा है। गुरु के सिखा तेरे कोल तीसरी रहमत मिलेगी अंदर दा कौल सर। जे खिरदे कौल नूं खेड़ा चाहने ते उस कौल सर दे इतिहास विचों कोई सिखी, ते तीसरी गल कि इसे कौल सर दे विचों तेनू एक संदेश मिलेगा कि जितन अपने भी तेरे विरुद्ध हो जान इस गुरु की शरण विच आ जाए, जेड़ा इहदी शरण विच आ जाए उहदा वाल भी बिंगा कोई नहीं करदा। साहिब ने कहा कौल सर तो अगला चौथा सरोवर है संतोख सर। गुरु के सिखो राम सर, विवेक सर, कौल सर, चौथी थान असी लैके आया संतोख सर। गुरमुखो संतोख तो बिना बंदे दा जिंदगी बंदे दा जीवन कदी घड़िया नहीं जा सकदा। संतोख तो बिना रब की रहमत नहीं टिक सकदी। सच जानो संतोख तो बिना गुरु की कीती कोई सेवा भी कई बार परवाह नहीं होंदी। साहिब ने शब्द वरते ने कि सेव कीती संतोख ही जिनी सचो सच ध्याया। ਭਾਵਾਂ ਸੰਤੋਖ ਸਰ ਸਭ ਤੋਂ ਪਹਿਲਾ ਸਰੋਵਰ ਹੈ ਪਰ ਅੰਮ੍ਰਿਤਸਰ ਦੇ ਇਸ਼ਨਾਨ ਸੰਬੰਧੀ ਇਹ ਕਿਹਾ ਜਾਂਦਾ ਹੈ ਕਿ ਜੇ ਤੇਰੇ ਅੰਦਰ ਸੰਤੋਖ ਰੱਬ ਨੇ ਦੇ ਦਿੱਤਾ ਸੰਤੋਖ ਸਰ ਬੇਨਤੀ ਕਰੀ ਸੰਤੋਖ ਵਾਲੇ ਵੱਧ ਕੇ ਦਰਿਆ ਬਣ ਜਾਂਦੇ ਨੇ ਤੇ ਜਿਹੜੇ ਸੰਤੋਖ ਤੋਂ ਟੁੱਟ ਜਾਣ ਉਹ ਟੁੱਟ ਕੇ ਪਾਣੀ ਦੇ ਮੈਲੇ ਛੱਪੜ ਬਣ ਜਾਂਦੇ। ਸੰਤੋਖ ਸਰ ਦਾ ਇਸ਼ਨਾਨ ਕੀ ਹੈ? ਕਹਿਣ ਲੱਗੇ ਸਬਰ ਇਹੋ ਸਵਾਓ
बाबा फरीद जी जिस रब ने संतोख दे दिता है, सबर दे दिता है, गुरु के सिखो एतो वड्डी कोई दात नहीं, संतोख सर दा स्नान तेरे अंदर नु संतोख दे, सबर एवो सुवाओ जे तू बंदा दिल करे बद थीवे दरियाओ टुट ना थीवे वहड़ा, संतोख सर तो टुटिया अंदर तृष्णा आंदी है, संतोख नाल जुड़िया लोग दरिया बन जाते हैं, ते जेड़े संतोख सर दे इशनानी ने जिन्हां कोल नाम है विवेक है अंदर दा केड़ा है, चेते रखो संतोख वाला जो कुछ अपने नाल वापरदा है वह दूजे कन किसे नूं रौला पा के कहिंदा भी नहीं मैनूं आ दुख आ गया, ओदा जीवन है साबर अंदर साबरी तन एवें जलेर हुण नजीक खुदाए दे भेद ना किसे दे, ओदा सुभा की है कि रुखी चुकी खाए कै ठंडा पानी पियो, संतोख सर दा इशनानी कहिंदा है कि देख पड़ाए पराई चौपड़ी ना तरसाए जियो, गुरु के सिखो जिदे अंदर संतोख आ जाए ओ सारी धरती दा सम्राट है, गुरमुखा तू चार सरोवरां नूं तकी राम सर विवेक सर कौल सर संतोख सर, हुण सामने तेरे अमृत सर है, हुण तू जे इन्ने गुण धारण कर ले अमृत सर दा इशनान करी जिथे अठे पैर रब दी कीर्ति दियां परमात्मा दी सिफत सलाह दियां कीर्तन दियां धुनियां पईआं उठदियां, देखो फिर इस दे इशनान भागां वालिआं नूं नसीब हुंदे नहीं, मैं कल एक बेनती कीती सी हुण आउण लगा अमृतसर दे इशनान संबंधी कि अमृतसर दीआं पौड़ियां असीं उतर के थले जाने, अमृत सरोवर सारे शहर तो नीवी थां ते वे क्यों जिन्हां गुरमुखां ने उत्थे सुख नूं माणिआ दाता नूं माणिआ, मैं कुछ कु उदाहरणा आप जी दे समक्ष रखनियां चाहना, शहीदां ने उस थां ते दीवे नूं बाल के रखिआ, शहीदां ने तर के भी उस थां दी मर्यादा नूं कायम रखिआ, यही कारण प्रोफेसर पूरन सिंह दे शब्द ओ कहिंदा मेरे वीर मेरे भैण जे कौम दी घाड़त करनी आ ते तेनू हरिमंदर विच झुकण दी जात आ जाए, तेनू अमृत सरोवर विच चुभी लाण दी जात आ जाए, कहिंदा जदों तू अज परिक्रमा विच उतर के जाना है पौड़ियां उतर के परिक्रमा विच तुरना है कदी भी तेजी नाल पैर ना पटी, कहिंदे ने मत्था टेक के हरिमंदर नूं जिथे मत्था टेकना है ओथे उस सिर ते मत्था टेक के कई शहीदो तुहाडे खून नूं मैं नमस्कार करन आया, जे तुसी खून ना डोल दे ते शायद अज परिक्रमा विच मैनूं परिक्रमा करन दा सुभाग कदी ना मिलदा, किन्नी देर दी कहानी खत्म हो जांदी, कहिंदे ने जदों तू परिक्रमा विच तुरना है ओथे पत्थर नहीं, देखो ने तां शब्द वरते ने कि गुरु रामदास मेरा कर है, मैं कल भी अर्ज कीती सी कहिंदा हरिमंदर दा खून मेरिया नाड़ा विच है, जदों तू तुर लगे है काली काली पैर ना पत्ती, इस हरिमंदर दे पत्थरां दे थले कंक्रीट नहीं, इथे इटा नहीं, इथे चूना जां सीमेंट नहीं, कह लगे चूने सीमेंट नाल हुंदे ते किन्नी देर दी परिक्रमा उठ जांदी, कहिंदा इथे एक एक पत्थर दे थले कई कई सिख अपना सिर दे के तेरी परिक्रमा लई खलोते होए, कि मेरी आने वाली पीढ़ी मेरी आने वाली संतान जितन गुरु रामदास दे दर ते आवे तेनू परिक्रमा करन विच दिक्कत ना आवे, उथे फिर उन्हें एक साखी लिखी ओ मैं पिछले दिनी भी अर्ज करके आया उथे, ते जे किसे पढ़नी होवे खालसे दे आदर्श विच तकरीबन हर विद्वान ने इस नूं कोट कीता है, कहिंदे ने अज माई चलीए हरिमंदर साहब दे इशनान कर लूं, उन्हां ने तां कुछ लेख लिखे ने दरबार साहब दा मंगता हरिमंदर दा भिखारी, ओ कहिंदे ने माई चलीए कुछड़ पुत्तर नूं चुकिआ तेजी नाल तुरी जांदी है, ते किसे ने आवाज दित्ती उहने शब्द वरतिआ कौड़ा मल, दूजे इतिहासकार कहिंदे ने आम बंदे ने तुरी जांदी है कौड़ा मल ने आवाज दित्ती, कहन लगा माई अज किथे चलीए दी तेजी नाल, कहन लगी चली अज खालसे दा इकट्ठ होण लगा दरबार साहब ते चली आ इशनान करन दे लई, कहिंदा मां तैनूं पता नहीं अज दरबार साहब दे चार चुफेरे मुगल फौजी हकूमत ने अपना पहरा लाया ना जाई उथे, कहन लगी तां ही तां सोए सुन के तेजी नाल दौड़नी पईआं, कहिंदा अपने आप ते तरस कर उथे गोली चलनी है मारी जाएगी, कहन लगी कोई गल नहीं
पर मैं अमृतसर दे इशनान जरूर अज करने ने, अज दे इशनान दा आनंद ही कुछ होर होना है। उन्हें रोक के कहा, जे तू जाना चाहनी है इस पुत्र नू जेड़ा पुछर चुके ये अनपोल गया, इनू ता छड़ जा। कहन लगी, अज मैं वक्त नाल घरों इनू उठाया, अमृत वेले घरों इशनान करा के लियाईया, इस करके के बेटा अज आप अमृतसर दे इशनान करने ने। कहन लगे, हो सकता है गोली चले ते पुत्र नू लग जाए। कहन लगी, मरना ते 57 साल बाद भी सूर जे गोली लगेगी, चार तुपके परकर्मा विच डिगणगे ते मैं समझांगी इस परकर्मा दी सेवा विच मेरे बच्चे दा भी जोदा पै गया, मेरे बच्चे ने भी कुछ सेवा कीती है। सिख दा अंदर इन्ना हरमंदर ली तड़पदा, ए केवल जबानी कलामी गल्लां नहीं। बाबा खड़क सिंह उन्हां ने बड़ी सोहनी गल कही सी, उस एक बहुत मशहूर मंदिर है अमृतसर की धरती से, नफरत नहीं, वह धक्के जेड़ा बहर हों खिच के ले जाते हैं, इतने जरूर होके जाए, जरूर दर्शन करो। बाबा खड़क सिंह उन्होंने लगाए, तो मैं बचन सुनिया पढ़िया नहीं। कह लगे, जाके कह लगे, देखो सरोवर भी हरिमंदर साहब वर्गा है, अंदर देखो मंदिर भी हरिमंदर वर्गा है, इतने जल भी बड़ा पवित्र सामने तुहाडे वे। उस बजुर्ग ने सीधे साधे टोकरी ढोन वाले ना जिन्हें गुरु रामदास के दर से सेवा की, सारा कुछ वेख के सुबैकन बोल के कहिंदे ने, सब कुछ ओहो जिहा बना लोगे, सोना भी ला लोगे, लाया भी जे, पर गुरु रामदास की कृपा कितों लैके आवोगे, गुरु रामदास के कीर्तन की झड़ी कितों लियावोगे, गुरु रामदास के दर के आत्म रसीए से कितों लैके आवोगे। गुरु के सिखों, उस धरती दे इशनान जिथे अच्छे पैर कीर्तन दिया धुना निकल दिया पईआं ने। मैं एक दो उदाहरण इतिहास विचों अर्ज करके अगे तुरना चाहना। मेरे गुरु अर्जुन देव जी ने उत्थे कीर्तन की मर्यादा बनी, भाई मनी सिंघोणा ने पक्के तौर पर साहब गुरु कलगीधर जी की लहमत रहमत लै कुछ मर्यादा नू कायम किया। अज तक सिख दे अंदर तड़प है उस दे इशनान करन दे लई, बेअंत लोग ऐसे ने जिहड़े उत्थे बैठ के इशनान करदे ने। मैं फिर एक बेनती कर दिया कि मैं उदाहरण देनिया चाहना कि उस थां तो अनेकां नू रहमतां मिलियां, अज भी मिलदियां पईआं ने। कोई भावना बना के जाएगा उहदी झोली विच खैर जरूर पएगी। अज असीं जोड़े बाहर ला के जाने हैं, कभी सोचिए कि यह जोड़े परकर्मा तो बाहर क्यों लाए जाते हैं? हकीकत इहदे पिछे भी एक बहुत कमाल की घटना है। साहिब गुरु रामदास जी दियां खेडां बेअंत ने उस दर दियां, जे बयान करिए तो शायद इन्नियां हो ना सकन। उत्थे अंग्रेजां दे वेले वायसराय आया सी, ते कुछ कु खुशामदी बंदियां ने उहनूं कहा, तुहानूं जोड़ा लाण की जरूरत नहीं, जे किसी घटना नूं पढ़ना होवे मनोकल्पत नहीं। हरिमंदर साहिब दे सुनहरी इतिहास विच ज्ञानी भगत सिंह दा नां जिथे ग्रंथी दा है उत्थे पढ़ के देखियो ते घटना की समझ पएगी। दो तीन घटनावां अर्ज करनियां ने। तीन ने कि जदों वायसराय सिंध आया ते जोड़िया समेत वह थले उतर लगे, ते कहिंदे गुरु का ग्रंथी भाई भगत सिंह वह सामने आके खलो गया। नाल दियां सोचिया सरबराहां ने सोचिया कि शायद ज्ञानी जी आया नूं जी आया पैणगे। उहने अपनी तलवार कृपाण दे मुठे ते हथ रखिया, कहन लगा, खबरदार इस परकर्मा भी जोड़े पा के नहीं मैं आउंदे, जोड़े पा के नहीं तुसीं आ सकदे। प्रबंधकां ने गुस्सा मनाया, उन्हां कहा, वायसराय सिंह वह कहिंदा, कोई भी होवे मैं इस दर का सेवादार हाँ, मेरा फर्ज बनता है इतों की पवित्रता कायम रखना। कहने वह वायसराय तो चुप करके गुस्से मुड़ गया। उन्हें लाहौर जांदिया पहला काम यह किया कि इस ग्रंथी सस्पेंड करो, इस ग्रंथी कढ़ो, क्योंकि सुभाग है ना अज भी असं तकने हैं। मैं वैसे इस विषय वल चलना नहीं चाहता, असं गुरु ग्रंथ साहब का पुरबता 400 साल मनाना सारिया ने रज के, पर यह सानू पता नहीं कि जिस दिन ग्रंथ साहब गुरु का प्रकाश होया सी उस दिन गुरु घर विच गुरु के ग्रंथी नूं भी सत्कार मिलिया सी। बाबा बुढ़ा साहब की आमद हुई सी, साहिब कृपालू दा सिख उहनूं सस्पेंड कर दिता, कढ़ दिता गया। कहिंदे ओह जाण लग्या ज्ञानी भगत सिंह गुरु रामदास दे दर ते इको बेनती करके गए, हे दातार जी, मेरे अंदर अपना स्वार्थ कोई नहीं, हाँ है मैं भावें मानसिक तौर पर फुरनिया का मारिया, पर तेरे दर से बैठ के तेरी शिफ्ट कीर्तन कथा करना वा, ते जमीर नहीं इजाजत देंदी
ਕਿ ਮੇਰੇ ਹੁੰਦਿਆਂ ਤੇਰੇ ਦਰਬਾਰ ਵਿੱਚ ਕੋਈ ਭਾਵੇਂ ਜਿਤਨਾ ਮਰਜ਼ੀ ਵੱਡਾ ਬੰਦਾ ਹੋਵੇ ਮੇਰੀਆਂ ਅੱਖਾਂ ਵੀ ਦੇਖ ਸਕਦੀਆਂ, ਜੋੜੇ ਪਾ ਕੇ ਤੁਰੇ। ਦੇਖੋ ਗੱਲ ਮਰਿਆਦਾ ਦੀ, ਭਾਈ ਸਾਹਿਬ ਕਹਿ ਕੇ ਘਰ ਚਲੇ ਗਏ। ਪਰਮੇਸ਼ਵਰ ਦੀ ਕਰਨੀ ਕਿ ਉਸੇ ਬੰਦੇ ਨੂੰ ਜਿਹਨੇ ਭਾਈ ਸਾਹਿਬ ਨੂੰ ਦਰਖਾਸਤ ਕੀਤਾ, ਕਹਿੰਦੇ ਨੇ ਢਿੱਡ ਦੇ ਵੀ ਫੂਲ ਉੱਠਿਆ ਸੀ, ਸਾਰੀ ਰਾਤ ਤੜਪਿਆ, ਉਹਨੂੰ ਟਿਕਾ ਕੋਈ ਨੀ, ਬਚਾ ਕੋਈ ਨੀ, ਦਵਾ ਦਾਰੂ ਕੀਤਾ, ਬਿਲਕੁਲ ਵੀ ਅੰਦਰ ਨੂੰ ਆਰਾਮ ਨਾ ਆਇਆ। ਤੇ ਉਹਦੀ ਮੀਮ ਨੇ ਉਹਦੀ ਘਰਵਾਲੀ ਨੇ ਇੱਕੋ ਗੱਲ ਕਹੀ, ਕਹਿੰਦੀ ਮੈਨੂੰ ਇੰਜ ਲੱਗਦਾ ਕਿ ਤੇਰੇ ਤੋਂ ਬਹੁਤ ਵੱਡੀ ਕੋਈ ਭੁੱਲ ਹੋ ਗਈ ਹੈ। ਮੈਂ ਕਹਿੰਦਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤੇਰੇ ਦਰ ਦਾ ਕੋਈ ਕੂਕਰ ਬਣ ਕੇ ਦੇਖੇ ਤਾਂ ਸਹੀ, ਕਿਸੇ ਦੀ ਤਾਕਤ ਕੀ ਉਹਦੇ ਵੱਲ ਅੱਖ ਭਰ ਕੇ ਤੂੰ ਦੇਖ ਸਕੇ। ਕਹਿੰਦੇ ਨੇ ਕਹਿਣ ਲੱਗੀ ਤੇਰੇ ਤੋਂ ਕੋਈ ਭੁੱਲ ਹੋਈ ਹੈ। ਵਾਇਸਰਾਏ ਨੇ ਕਿਹਾ ਹਾਂ, ਮੈਨੂੰ ਅੱਜ ਇੱਕ ਗੱਲ ਚੇਤੇ ਵੇ। ਕਹਿੰਦਾ ਇੱਕ ਗ੍ਰੰਥੀ ਸਾਹਿਬ ਮੇਰੇ ਸਾਹਮਣੇ ਖਲੋਤਾ ਸੀ, ਮੈਨੂੰ ਜੁੱਤੀ ਪਾ ਕੇ ਉਹਨੇ ਅੰਦਰ ਨੀ ਜਾਣ ਦਿੱਤਾ। ਕਹਿਣ ਲੱਗੀ ਫਿਰ ਤੂੰ ਕੀ ਕੀਤਾ? ਕਹਿੰਦਾ ਮੈਂ ਉਹਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਕਹਿਣ ਲੱਗੀ ਇੱਕ ਕੰਮ ਕਰ, ਦੀਵਾਨ ਨੂੰ ਛੱਡ ਦੇ, ਉਸ ਦਰ ਤੇ ਜਿਹੜੇ ਬੈਠੇ ਲੋਕ ਨੇ ਉਹਨਾਂ ਦੇ ਕੱਪੜੇ ਮੈਲੇ ਨਾ ਤੱਕੀ, ਉਹਨਾਂ ਦੀਆਂ ਕੱਚੀਆਂ ਪੁਲੀਆਂ ਨਾ ਤੱਕੀ, ਉਹਨਾਂ ਨੂੰ ਗਰੀਬ ਨਾ ਤੱਕੀ, ਉਹ ਅੰਦਰੋਂ ਇੰਨੇ ਕੁ ਜੁੜੇ ਨੇ ਕਿ ਉਹਨਾਂ ਦਾ ਸੱਜਣ ਪਰਮਾਤਮਾ ਹੈ, ਜੋ ਕੁਝ ਆਪਣੀ ਜ਼ਬਾਨ ਤੋਂ ਕਹਿ ਦੇਣ ਉਹਨਾਂ ਦੀ ਗੱਲ ਤਾਂ ਰੱਬ ਵੀ ਨਹੀਂ ਉਮੋੜਦਾ। ਕਦੀ ਤੱਕਿਓ, ਜਿਹਦਾ ਗੁਰੂ ਰਾਮਦਾਸ ਸੱਜਣ ਹੋਵੇ ਹੋਏ, ਕਦੀ ਅਸੀਂ ਰੋਜ਼ ਬਚਨ ਨਹੀਂ ਪੜ੍ਹਦੇ? ਜਾਂ ਕਾ ਮੀਤ ਸਾਜਨ ਹੈ ਸਮੀਆਂ, ਗੁਰੂ ਤੇ ਰੱਬ ਵਿੱਚ ਕੋਈ ਅੰਤਰ ਨਹੀਂ। ਤਿਸ ਜਨ ਕੋ ਕਹੋ ਕਾਕੀ ਕਮੀਆਂ, ਜਾਂ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਦੁੱਖ ਦਰਦ ਭ੍ਰਮ ਤਾਂ ਕਾ ਭਾਗੀ, ਜਾਂ ਕਾ ਕਹਿਆ ਦਰਗਹਿ ਚੱਲੈ, ਸੋ ਕਿਸ ਕੋ ਨਦਰ ਲੈ ਆਵੈ ਤਲੈ। ਜਿਹਦੇ ਉੱਤੇ ਗੁਰੂ ਖਲੋਤਾ ਹੋਵੇ ਤੇ ਜਿਹੜਾ ਉੱਚੀ ਪੁਕਾਰ ਕੇ ਕਹਿ ਦਾਤਾ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਕਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿੰਨੀ ਤੂੰ ਸੇਵਿਆ ਭਾਉ ਕਰ ਛੇ ਤੁਦ ਪਾਰ ਉਤਾਰਿਆ, ਕਿ ਉਸ ਦਾਤੇ ਦੀ ਰਹਿਮਤ ਸਿੱਖ ਤੇ ਵਰਤੇਗੀ ਨਹੀਂ। ਕਹਿੰਦੇ ਨੇ ਸਵੇਰੇ ਦਿਨ ਚੜਿਆ ਭਾਈ ਸਾਹਿਬ ਨੂੰ ਬੁਲਾਉਣ ਦੀ ਗੱਲ ਕਹੀ ਗਈ। ਪਹਿਲਾਂ ਉਹਨਾਂ ਇਨਕਾਰ ਕੀਤਾ, ਮੈਂ ਨੀ ਜਾਣਾ, ਅਖੀਰ ਤੇ ਜ਼ੋਰ ਪਾਇਆ। ਕਹਿੰਦੇ ਨੇ ਭਾਈ ਸਾਹਿਬ ਜਦੋਂ ਲਾਹੌਰ ਗਏ ਤੇ ਉਸ ਵੇਲੇ ਉਹਦੇ ਹੱਥ ਜੁੜੇ ਸਨ, ਮੰਜੇ ਤੇ ਲੇਟੇ ਨੇ, ਕਿਹਾ ਮੈਨੂੰ ਬਖਸ਼ ਦੇ। ਤੇ ਸ਼੍ਰੋਮਣੀ ਕਮੇਟੀ ਦੀ, ਧਰਮ ਪ੍ਰਚਾਰ ਕਮੇਟੀ ਨੇ ਜੋ ਪੁਸਤਕ ਛਾਪੀ ਹੈ ਉਹਦੇ ਵਿੱਚ ਇਹ ਲਿਖਿਆ ਹੈ ਕਿ ਉਸ ਵੇਲੇ ਭਾਈ ਸਾਹਿਬ ਨੇ ਕਿਹਾ, ਰਹਿਮ ਤਾਂ ਕਰੇਗਾ ਗੁਰੂ ਰਾਮਦਾਸ, ਪਰ ਪਹਿਲਾਂ ਇਹ ਪਤਾ ਲਿਖ ਕੇ ਦੇ ਕਿ ਅੱਜ ਤੋਂ ਬਾਅਦ ਜਿਤਨਾ ਮਰਜ਼ੀ ਕੋਈ ਤਾਕਤ ਵਾਲਾ ਮਨੁੱਖ ਆਵੇ, ਉਹ ਪਰਕਰਮਾ ਵੀ ਜੋੜਾ ਪਾ ਕੇ ਨਹੀਂ ਜਾਏਗਾ। ਹਕੀਕਤ ਹੈ, ਅੱਜ ਵੀ ਕਹਿੰਦੇ ਨੇ, ਸਿੰਘ ਸਾਹਿਬ ਨੇ ਲਿਖੀ ਉਹ ਗੱਲ, ਗਿਆਨੀ ਕਿਰਪਾਲ ਸਿੰਘ ਉਹਨਾਂ ਨੇ, ਕਹਿੰਦੇ ਨੇ ਉਹ ਸੱਜਣ ਜਿਹਨੇ ਤੱਕੀ ਉਹਦੇ ਜ਼ਬਾਨੀ ਸੁਣੀ ਤੇ ਉਸ ਵੇਲੇ ਲਿਖ ਕੇ ਦਿੱਤਾ ਗਿਆ ਕਿ ਹਰਿਮੰਦਰ ਸਾਹਿਬ ਦੀ ਪਰਕਰਮਾ ਵੀ ਜੋੜਾ ਪਾ ਕੇ ਨਹੀਂ ਕੋਈ ਆਵੇਗਾ। ਦੂਸਰੀ ਘਟਨਾ ਦੇਖੋ, ਬੇਅੰਤ ਉਸ ਥਾਂ ਨਾਲ ਘਟਨਾਵਾਂ ਜੁੜੀਆਂ ਨੇ ਜਿਹਦੇ ਇਸ਼ਨਾਨ ਦੀ ਅਸੀਂ ਲੋਚਾ ਕਰਨੇ। ਆਪ ਜੀ ਨੂੰ ਗਿਆਤ ਹੈ, ਜਦੋਂ ਦਰਸ਼ਨੀ ਡਿਉੜੀ ਵਿੱਚ ਅੰਦਰ ਪ੍ਰਵੇਸ਼ ਕਰਨੇ ਹੈ ਤੇ ਜਿੱਥੇ ਦਫ਼ਤਰ ਹੈ ਇੱਕ ਪਾਸੇ ਲਾਚੀ ਬੇਰ ਹੈ, ਦੂਜੇ ਪਾਸੇ ਆਫਿਸ ਹੈ ਜਿੱਥੇ ਮੈਨੇਜਰ ਵਗੈਰਾ ਬੈਠੇ ਨੇ, ਉਹਦੇ ਨਾਲ ਥੱਲੇ ਘੜਿਆਲ ਪਿਆ, ਉਸ ਘੜਿਆਲ ਦੇ ਉੱਤੇ ਘਟਨਾ ਲਿਖੀ ਹੈ ਤੇ ਜਦੋਂ ਜਿੰਨਾ ਦਰਸ਼ਨ ਕੀਤੇ ਪੜ੍ਹੀ ਹੋਣੀ ਹੈ, ਜਿੰਨਾ ਨਹੀਂ ਪੜ੍ਹੀ ਉਹ ਅੰਮ੍ਰਿਤਸਰ ਗਏ ਤੇ ਜ਼ਰੂਰ ਉਹਨੂੰ ਪੜ੍ਹਿਆ ਜੇ। ਇਹ ਘਟਨਾ 30 ਅਪ੍ਰੈਲ 1877 ਦੀ ਹੈ। ਉਸ ਵੇਲੇ ਵੀ ਅੰਗਰੇਜ਼ ਦਾ ਕਬਜ਼ਾ ਸੀ। ਇੱਥੋਂ ਤੱਕ ਕਈ ਵਾਰੀ ਪੜ੍ਹਨੇ ਹਾਂ ਕਿ ਜਿਸ ਦਿਨ ਅੰਮ੍ਰਿਤਸਰ ਪਹਿਲਾ ਚਰਚ ਬਣਿਆ, ਭਾਈ ਵੀਰ ਸਿੰਘ ਉਹਨਾਂ ਦੇ ਗੁਰਮੁਖ ਜੀਵਨ ਵਿੱਚ ਉਸ ਦਿਨ ਪੁੱਛਿਆ ਕਿਸੇ ਨੇ ਕਿ ਚਰਚ ਬਾਰੇ ਤੁਹਾਡਾ ਕੀ ਖਿਆਲ ਹੈ, ਕਿਸੇ ਅੰਗਰੇਜ਼ ਨੇ, ਤੇ ਉਹਨਾਂ ਕਿਹਾ ਚਰਚ ਤਾਂ ਬਹੁਤ ਸੋਹਣਾ ਪਰ ਹਕੀਕਤ ਵਿੱਚ ਆਕਾਰ ਕਰਕੇ ਛੋਟਾ। ਕਹਿਣ ਲੱਗੇ ਅੰਮ੍ਰਿਤਸਰ ਸਾਨੂੰ ਬਣਾਉਣ ਦੀ ਲੋੜ ਨਹੀਂ, ਕਿਉਂਕਿ ਕੁਝ ਦਿਨਾਂ ਤੋਂ ਬਾਅਦ ਸਿੱਖਾਂ ਦਾ ਹਰਿਮੰਦਰ ਹੀ ਸਾਡਾ ਚਰਚ ਬਣ ਜਾਣਾ। ਕਹਿੰਦਾ ਏਡੀ ਵੱਡੀ ਖੁੱਲੀ ਥਾਂ ਤੋਂ ਬਿਨਾਂ ਹੋਰ ਕੀ ਚਾਹੀਦਾ। ਉਦੋਂ ਤਰਸਯੋਗ ਹਾਲਤ ਇਹ ਸੀ ਕਿ ਪੁਜਾਰੀ ਬੰਦਾ ਬਾਹਰੋਂ ਹੁੰਦਾ ਸੀ, ਉਹਨਾਂ ਨੇ ਇੱਕੋ ਦਮ ਪੈਣਾ ਅਰਦਾਸ ਕਰਾਉਣ ਆਇਆ, ਰਾਹ ਵਿੱਚ ਜਿਵੇਂ ਪਾਂਡੇ ਪੈਂਦੇ ਨੇ ਇਸ ਤਰੀ ਧੱਕੇ ਨਾਲ ਉਹਦੇ ਕੋਲ ਪਿਟਾਵਾਂ ਖੋਣ ਤੱਕ ਜਾਣਾ। ਕਹਿੰਦੇ ਇਹਨਾਂ ਦੇ ਮਨ ਵਿੱਚ ਆਇਆ ਜਿਹੜੇ ਇੱਥੋਂ ਦੇ ਬੰਦੇ ਇੰਨੇ ਨਿਗਰ ਗਏ ਨੇ। 30 ਅਪ੍ਰੈਲ 1877 4:30 ਸਵੇਰ ਦੀ ਘਟਨਾ ਹੈ। ਉਹਨਾਂ ਕਿਹਾ ਵੀ ਹਰਿਮੰਦਰ ਸਾਹਿਬ ਨੂੰ ਨਿਲਾਮ ਕੀਤਾ ਜਾਏ, ਸਰੋਵਰ ਨਿਲਾਮ ਕਰ ਦਿਓ। ਇਹ ਘਟਨਾ ਤੁਸੀਂ ਉੱਥੋਂ ਪੜ੍ਹ ਸਕਦੇ ਹੋ, ਮੈਂ ਤਾਂ ਬੇਨਤੀ ਕੀਤੀ ਹੈ, ਐਵੇਂ ਖਵਾ ਵਿੱਚ ਤੀਰ ਨਹੀਂ, ਮੈਨੂੰ ਖਿਮਾ ਕਰਿਓ। ਹੋ ਸਕਦਾ ਕਈਆਂ ਨੂੰ ਇਹ ਗੱਲ ਨਾ ਜਕਦੀ ਹੋਵੇ,
अपना अपना अंदर है। गुरु साहब ने बाणी में एक तो कही है, कहिंदे ने भावे खिड़े फुल होण पर कोई जरूरी नहीं खिड़िया फुल सारियां नूं चंगा लगे, भवरे नूं चंगा लगदा है, कह लगे खोते नूं लै जाओ वह दुलत्तियां मार के बिगाड़ ही देंदा है। कदर सारियां दी नजर विच ने ना। हजूर ने एक बचन कह कह लगे पाना वाली खोए घर घर खर सार ना जाने, की पता हरमंदर दियां बातां की ने। पाना वाली होए घर खर सार ना जाने, रसिया होवे मुश्का तब फूल पछाने, रतन मणि गल बांदर है कहो कीम ना जाने, बांदर नू की पता कीमती रतन दा, करशी साओ ना संभला भोजन दा खाने, करशी नू की पता जिथे मैं तुरी फिरनी आ एदी कीमत की है, खिमा करियो। जदो हरमंदर साहब जाने आ, मैं ते कहना जांदिया सार है वैसे मेरी गुस्ताखी, किसी नू ओथे रहन वाले नू छेती कित्या कवायो ना, कवायो मैं शब्द वरते आ बुलायो ना, क्यों कि हो सकता है जेड़ी भावना तुसी लेके गए हो जांदी इहो जिहा टक्कर जिहा जांदी रहे भावना। देखो जदो जाने फिर यह दावा ना करिए कि लोग कहन मेरा विशेष थां बने, बस इको गल लैके जाई गुरु रामदास अज तेरे दर ते आया, तेरे हरमंदर विच रोज कीर्तन की झड़ी लगती है, शरीर भी एक हरमंदर है, मेर करिए दे अंदर सदा ली नाम की झड़ी लग जाए। मैं अगे बेनती करनी है, हरमंदर के गुरु ग्रंथ साहब चार अर्थ आए ने, वो अगे चल के बेनती करना। उस वेले सत्कार योग भाई साहब उन्होंने शब्द लिखे ते सोने के पत्रे ते उकरे ने, कहने 1877 30 अप्रैल सवेरे 4:30 अंग्रेज हाकम भी आए जो उतो प्रबंध करते सन, सरबराह भी आए कि हरमंदर साहब नू निलाम किया जाए। मैं कहना प्रोफेसर साहब सिंह होना ने अपने जदों दर्पण किया टीका किया कई गल्लां उन्हां साचियां नहीं मनियां, पर जदों उन्हां दी जीवनी मैं पढ़ी, मेरी जीवनी विच ओह लिखदे ने, मेरी जीवनी किताब दा नाम, उन्होंने विशेष करके इस घटना का जिक्र किया जेड़े हल गल नू चंगी तरह जोड़ के लिखते पे ने, उन्होंने घटना स्वीकार की लिखे कहने सवेरे 4:30 जदों कीर्तनियां से कीर्तन पे करते ने, समाप्ति तो बाद नीलामी की खेड वापरनी है, ते उस वेले भावना वालिया दियां अरदासां सन गुरु रामदास सच्चे पातशाह तू ता ज़ारा जहूर है तू रहमतां वरताना। उस वेले कहिंदे ने एक अग दा गोला घंटा घर वाले पासों उत्थे लिखिया घंटा घर वाले पासों अग दा गोला आया, गुरु ग्रंथ साहिब दे अगे आ के उह फटिया, आवाज भी होई चानण भी होया, ते जिधर अपनी दखन बाई वेखने बाबा दीप सिंह दा गुंगा बिलकुल एक वाल दी तरह बरीक बन के वह अग बाहर निकल गई, किसे दा नुकसान नहीं होया। कहिंदे ने जेड़े आए सन बोली देन बस वह इन्ना कुछ देख के चले गए। उस वेले कहिंदे ने देखा करा के जेड़े कहिंदे सन निलाम कर दी उन्हें खिमा मंगी दात्या सानू कृपा करके बख्श दी सी तेरे दर नू, असल विच एक कर्म कांडी दर समझिया होया सी, ओ सिखा ने की कीता परत के तुसी दर्शनी ड्यूड़ी जाओ ओथे घटना लिखी है। देखो मैं इस दो बेनती होर कर दिया कि जो भी असी दरबार साहब जाने हैं असी तपने और नीवी थां ते है, ओ नीवा क्यों है, एक सज्जन ने बड़े सोहने शब्द कहे ने, हरमंदर साहब जदो तकिए सारे अमृतसर शहर तो नीवी थां ते, एक उदासी साधु आया सी ओ कहिंदा मैं अज तीकरा केवल आराधना कीती सी बैकुंठ नूं स्वर्ग दी प्राप्ति लई, कहिंदा जदों इत्थे बैठ के कीर्तन सुनिया ते उहने दो गल्लां कहियां, कहिंदा तुहानूं पता है कि हरमंदर नीवा क्यों वे, ते दूजी गल उहने कही कहिंदा अज तीकरा इन्ने पीर फकीर आए इन्ने अवतार आए अपने समें नाल उपदेश दे के चले गए, कहिंदा गुरु नानक साहिब आए ते गए नहीं, पुछिया क्यों, कहिंदा सच जाणो अज मैं कीर्तन सुनदिया प्रतीत कीता है गुरु ता कीर्तन दा रूप धारण करके हरमंदर विच टिकिया, कीर्तन दा रूप है गुरु, शब्द दा रूप है गुरु। कहिंदा नीवी थां दी उहने व्याख्या कीती, कहिंदा परमात्मा ने एक पासे हरमंदर दी इस सरोवर वाली थां नूं ते दूजे पासे अखौती स्वर्ग नूं पाया, तकड़ी दे छातियां विच रख के जदों दोनां नूं तोलन लगे कहिंदे कुदरती तौर से हौली चीज हमेशा उपर चली जाती है, हौला शाबा उपर चढ़ता है ते जड़ी भारी चीज नीवी आ जाती है, कहिंदा पौड़ियां उतर के थले आंदे हो
ਇਹਦਾ ਭਾਵ ਇਵੇਂ ਇਹ ਖੌਲੀ ਖੇਡ ਨਹੀਂ, ਇਹ ਗੌਰਾ ਦਰਖ ਹੈ, ਭੌਰਾ ਭਾਰਾ ਦਰਖ ਹੈ। ਜਿਸ ਸਵਰਗ ਨੂੰ ਲੋਚਦੇ ਹੋ ਪਤਾ ਨੀ ਅਸਮਾਨ ਵਿੱਚ ਕਿੱਥੇ ਜਾ ਟੰਗਿਆ। ਕਹਿਣ ਲੱਗਾ ਜਿਹੜਾ ਸਵਰਗ ਨਾਲੋਂ ਵੀ ਭਾਰਾ ਉਹ ਧਰਤੀ ਤੇ ਨੀਵੀਂ ਥਾਂ ਤੇ ਰਹਿ ਗਿਆ। ਉਹਨੇ ਉੱਥੇ ਇੱਕ ਦੋਹਰਾ ਪਿਆ ਸੀ। ਕਹਿਣ ਲੱਗਾ ਹਰਮੰਦਰ ਔਰ ਬੈਕੁੰਠ ਕੋ ਤੋਲ ਲਿਓ ਹਰੀਦਾਸ। ਕਹਿਣ ਲੱਗੇ ਭਾਰੋ ਗੁੱਤੋ ਸੋ ਗਿਰ ਪਰਿਓ ਹੋਰੋ ਚੜਿਓ ਆਕਾਸ਼। ਭਾਰਾ ਜਿਹੜਾ ਸੀ ਉਹ ਨੀਵੀਂ ਥਾਂ ਤੇ ਚਲਾ ਗਿਆ, ਖੌਲਾ ਜਿਹੜਾ ਸੀ ਅਸਮਾਨ ਨੂੰ ਚਲਾ ਗਿਆ। ਖੈਰ ਇਹ ਤਾਂ ਵੱਖ ਵੱਖ ਸੱਜਣ ਨੇ ਜਿਨ੍ਹਾਂ ਨੇ ਉੱਥੋਂ ਰਹਿਮਤਾਂ ਲਈਆਂ ਤੇ ਸਤਿਗੁਰੂ ਦੀ ਕਿਰਪਾ ਨੂੰ ਮਾਣ ਕੇ ਉਹਨਾਂ ਨੇ ਉੱਥੋਂ ਦੇ ਆਨੰਦ ਨੂੰ ਮਾਣਿਆ। ਦੇਖੋ ਉੱਥੇ ਅੱਜ ਵੀ ਹਰਿਮੰਦਰ ਸਾਹਿਬ ਵਿੱਚ ਤੁਸੀਂ ਇੱਥੇ ਬੈਠੇ ਹੋ ਕਿ ਜਿਹੜੇ ਭਾਵਨਾ ਵਾਲੇ ਨੇ ਲੋਚਦੇ ਨਹੀਂ ਕਿ ਹਰਿਮੰਦਰ ਸਾਹਿਬ ਦੇ ਸਾਨੂੰ ਇਸ਼ਨਾਨ ਮਿਲ। ਇਸ਼ਨਾਨ ਤੋਂ ਬਾਅਦ ਪਾਣੀ ਵਿੱਚ ਇਸ਼ਨਾਨ ਕਰਨੇ ਆ, ਜਲ ਵਿੱਚ ਇਸ਼ਨਾਨ ਕਰਨੇ ਆ। ਤੇ ਗੁਰੂ ਜੀ ਕਹਿੰਦੇ ਨੇ ਆ ਅੰਮ੍ਰਿਤ ਸਰੋਵਰ ਅੰਮ੍ਰਿਤ ਜਲ ਵਿੱਚ ਇਸ਼ਨਾਨ ਕਰੀ, ਇਸ ਜਲ ਦਾ ਇਸ਼ਨਾਨ ਵੀ ਤੇਰੇ ਅੰਦਰ ਨੂੰ ਅਰੋਗਤਾ ਤੇ ਟਿਕਾ ਦੇਗਾ। ਤੇ ਕੱਲਾ ਇਸ਼ਨਾਨ ਕਰਕੇ ਤੁਰੀ ਨਾ, ਅੱਗੇ ਚੱਲ ਹਰਿਮੰਦਰ ਵੀ ਜਾਈ, ਉੱਥੇ ਬਾਣੀ ਦਾ ਪ੍ਰਵਾਹ ਪਿਆ ਚੱਲ ਦਈ। ਇੱਥੇ ਤਨ ਨੂੰ ਇਸ਼ਨਾਨ ਕਰਾ ਕੇ ਤੁਰਿਆ ਤੇ ਠੰਡ ਚਮੜੀ ਨੂੰ ਮਿਲੀ ਗਏ, ਅੰਦਰ ਬੈਠ ਕੇ ਬਾਣੀ ਦਾ ਇਸ਼ਨਾਨ ਕਰੀ ਤੇਰੇ ਮਨ ਨੂੰ ਠੰਡ ਮਿਲੇਗੀ। ਪਾਣੀ ਤੇ ਬਾਣੀ ਦੋਨਾਂ ਦਾ ਸੁਮੇਲ ਹੈ। ਤੇ ਕੀ ਦੋਨਾਂ ਨੂੰ ਹਜ਼ੂਰ ਨੇ ਇਕੱਠਿਆਂ ਬਾਣੀ ਵਿੱਚ ਕਿਹਾ ਨੇ, ਅਸੀਂ ਜਦੋਂ ਜਪਜੀ ਸਾਹਿਬ ਦੀ ਪੌੜੀਏ ਪੜ੍ਹਨੇ ਆ ਕਿ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸਖੇ ਮੂਤ ਪਲੀਤੀ ਕੱਕੜ ਹੋਏ ਦੇ ਸਾਬੂਣ ਲਈਆ ਉਹ ਧੋਏ। ਹੁਣ ਅਗਲੀ ਤੁੱਕ ਦੀ ਪੜ੍ਹਿਓ, ਉਹ ਬਾਣੀ ਹੈ ਭਰੀਏ ਮਤ ਪਾਪਾਂ ਕੈ ਸੰਗ। ਹਰਿਮੰਦਰ ਵਿੱਚ ਬੈਠ ਕੇ ਕੀਰਤਨ ਸੁਣੀ ਨਾਮ ਸੁਣੀ ਉਹ ਧੋਪੈ ਨਾਮ ਕੈ ਰੰਗ। ਗੁਰੂ ਜੀ ਕਹਿੰਦੇ ਨੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ। ਬੇਨਤੀ ਕਰਾਂ ਹਰਿਮੰਦਰ ਦੇ ਚਾਰ ਅਰਥ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਅਸੀਂ ਸਾਰੀਆਂ ਥਾਵਾਂ ਤੇ ਇੱਕੋ ਅਰਥ ਝੁਕਾਈ ਜਾਂਦੇ ਹਾਂ। ਜੇ ਕਿਸੇ ਨੇ ਪੜ੍ਹਨੇ ਹੋਣ ਭਾਈ ਕਾਨ ਸਿੰਘ ਨਾਭਾ ਹੋਣਾ ਦਾ ਮਹਾਨ ਕੋਸ਼, ਉਹਦੇ ਵਿੱਚੋਂ ਹਰਿਮੰਦਰ ਸ਼ਬਦ ਪੜ੍ਹਿਓ। ਉਹ ਪਹਿਲਾ ਅਰਥ ਕਰਦੇ ਨੇ ਹਰਿਮੰਦਰ ਦਾ ਅਰਥ ਹੈ ਸੰਸਾਰ, ਦੂਜਾ ਅਰਥ ਕਰਦੇ ਨੇ ਹਰਿਮੰਦਰ ਦਾ ਅਰਥ ਹੈ ਸਰੀਰ, ਤੀਜਾ ਅਰਥ ਕਰਦੇ ਨੇ ਹਰਿਮੰਦਰ ਦਾ ਅਰਥ ਹੈ ਸਾਧ ਸੰਗਤ, ਤੇ ਚੌਥਾ ਅਰਥ ਕਰਦੇ ਨੇ ਕਿ ਸਰੋਵਰ ਦੇ ਐਨ ਵਿਚਕਾਰ ਗੁਰੂ ਰਾਮਦਾਸ ਜੀ ਦੇ ਹੁਕਮ ਨਾਲ ਗੁਰੂ ਅਰਜਨ ਦੇਵ ਜੀ ਵੱਲੋਂ ਬਣਾਇਆ ਹੋਇਆ ਦਰਬਾਰ ਸਾਹਿਬ। ਤਿੰਨੇ ਚਾਰੇ ਪ੍ਰਮਾਣ ਨੇ। ਪਹਿਲਾ ਪ੍ਰਮਾਣ ਹੈ ਹਰਿਮੰਦਰ ਇਹੋ ਜਗਤ ਹੈ, ਦੂਜਾ ਪ੍ਰਮਾਣ ਹੈ ਹਰਿਮੰਦਰ ਇਹੋ ਸਰੀਰ ਹੈ, ਤੀਜਾ ਪ੍ਰਮਾਣ ਹੈ ਹਰਿਮੰਦਰ ਸੋਈ ਆਖੀ ਹੈ ਜਿੱਥੋਂ ਹਰ ਜਾਤਾਂ ਸਤ ਸੰਗਤ, ਤੇ ਚੌਥਾ ਬਚਨ ਕੀਤਾ ਕਹਿਣ ਲੱਗੇ ਹਰ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ। ਰੱਬ ਨੇ ਪਰਮਾਤਮਾ ਨੇ ਗੁਰੂ ਤੇ ਰਹਿਮਤ ਕਰਕੇ ਹਰਿਮੰਦਰ ਤਾਂ ਬਣਾਇਆ ਹੈ ਕਿ ਰੱਬ ਦੀ ਬੰਦਗੀ ਕਰਨ ਵਾਲੇ ਸੰਤ ਜਾਣ, ਬੰਦਗੀ ਕਰਨ ਵਾਲੇ ਭਗਤ ਜਾਣ, ਇਸ ਧਰਤੀ ਤੇ ਆ ਕੇ ਬੰਦਗੀ ਕਰਨ। ਤੇ ਉੱਥੇ ਏਡੇ ਏਡੇ ਪ੍ਰੇਮੀ ਨੇ, ਕਈ ਕਈ ਸੱਜਣ ਨੇ ਜਿਹੜੇ ਦਿਨ ਰਾਤ ਬਾਣੀ ਵਿੱਚ ਗੜੁੰਦ ਰਹਿੰਦੇ ਨੇ। ਘਰ ਮੁਸੀਬਤਾਂ ਵੀ ਪੈ ਗਈਆਂ ਪਰ ਉਹਨਾਂ ਨੇ ਕਦੀ ਹਰਿਮੰਦਰ ਤੋਂ ਮੂੰਹ ਨਹੀਂ ਮੋੜਿਆ। ਅਸੀਂ ਪੜ੍ਹਨੇ ਆ ਬਾਬਾ ਸ਼ਾਮ ਸਿੰਘ ਆਟਾ ਮੰਡੀ ਵਾਲੇ, ਉਹ ਸੱਜਣੋ ਕਈ 52 ਸਾਲ ਕਹਿੰਦੇ ਨੇ, ਕਈ ਕਹਿੰਦੇ ਨੇ 72 ਸਾਲ ਦੇ ਕਰੀਬ ਉਹ ਸਰੰਦੇ ਨਾਲ ਕੀਰਤਨ ਕਰਦੇ ਰਹੇ। ਅੰਮ੍ਰਿਤ ਵੇਲੇ ਜਿਹੜੇ ਦੁਪਹਿਰੇ ਦਾ ਕੀਰਤਨ ਚੱਲਦਾ ਉਹ ਅੱਜ ਤੀਕਰਾਂ ਬਾਬਾ ਸ਼ਾਮ ਸਿੰਘ ਜੀ ਦੀ ਸੇਵਾ ਕੀਤੀ ਹੋਈ ਆਰੰਭ ਨਾਲ ਚੱਲਦਾ। ਸਹਿਬ ਕਿਰਪਾਲੂ ਜੀ ਕਹਿੰਦੇ ਨੇ ਹਰਿਮੰਦਰ ਦੇ ਇਸ਼ਨਾਨ ਸਰੋਵਰ ਦੇ ਤੈਨੂੰ ਇਸ਼ਨਾਨ ਮਿਲਣ ਤੇ ਹਰਿਮੰਦਰ ਵਿੱਚ ਦਾਤਾ ਤੈਨੂੰ ਕੀਰਤਨ ਸੁਣਨ ਦੀ ਦਾਤ ਦੇ ਦੇ। ਜਿਸ ਕੋਲ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਹੋਣ, ਅੰਦਰ ਨੂੰ ਧੋਣ ਲਈ ਬਾਣੀ ਦੇ ਇਸ਼ਨਾਨ ਹੋਣ, ਸੱਚ ਜਾਣੋ ਉਹਦੇ ਅੰਮ੍ਰਿਤ ਸਰ ਦੇ ਕੀਤੇ ਹੋਏ ਇਸ਼ਨਾਨ ਸਫਲ ਹੋ ਜਾਂਦੇ। ਦੂਸਰੀ ਗੱਲ, ਉੱਥੇ ਇੱਕ ਖੂਬੀ, ਅੱਜ ਤਾਂ ਭਾਵੇਂ ਜਲ ਨਿਰਮਲ ਦੀ ਗੱਲ ਚੱਲੀ ਪਰ ਉਸ ਵੇਲੇ ਗਿਆਨੀ ਗਿਆਨ ਸਿੰਘ ਉਹਨਾਂ ਨੇ ਗੱਲ ਕੀ, ਕਦੀ ਹਰਿਮੰਦਰ ਸਾਹਿਬ ਨੂੰ ਤੱਕਿਓ। ਵੈਸੇ ਵਿਸ਼ਾ ਕਈ ਦਿਨਾਂ ਦਾ ਹੈ, ਮੈਂ ਸੰਕੋਚ ਕੇ ਅਰਜ਼ ਕਰ ਰਿਹਾ। ਗੁਰੂ ਰਾਮਦਾਸ ਜੀ ਦੀ ਜਿੱਥੇ ਸਰਾਖ ਹੈ ਲੰਗਰ ਸਾਹਮਣੇ ਖਲੋ ਕੇ ਤੱਕਿਓ, ਇੰਝ ਲੱਗਦਾ ਕਿ ਨੀਂਦ ਲਾ ਕੇ ਟਿਕ ਟਕੀ ਲਾ ਕੇ ਤੱਕਿਓ ਕਿ ਜਿਵੇਂ ਇੱਕ ਜਹਾਜ਼ ਪਾਣੀ ਦੇ ਉੱਤੇ ਤਰਦਾ ਹੋਵੇ। ਕਦੀ ਤੱਕਿਓ, ਇੰਝ ਲੱਗਦਾ ਜਿਵੇਂ ਹਰਿਮੰਦਰ, ਇਸ ਤਰ੍ਹਾਂ ਜਿਵੇਂ ਇੱਕ ਜਹਾਜ਼ ਜਿਹੜਾ ਉਹ ਪਾਣੀ ਦੇ ਉੱਤੇ ਤਰਦਾ ਹੋਵੇ। ਸਿਆਣੇ ਕਹਿੰਦੇ ਸਨ ਪਹਿਲਾਂ ਹਰਿਮੰਦਰ ਸਾਹਿਬ ਤਾਪਿਆ ਬੈਠਿਆ, ਦੇਖੋ ਆਮ ਦੂਜੀ ਥਾਂ ਤੇ ਨਹੀਂ, ਤਾਪਿਆ ਬੈਠਿਆ ਅਕਾਲ ਤਖ਼ਤ ਸਾਹਿਬ ਨਹੀਂ ਸੀ ਦਿਸਦਾ, ਅੱਜ ਵੀ ਸ਼ਾਇਦ ਨਹੀਂ, ਤੇ ਅਕਾਲ ਤਖ਼ਤ ਤੇ ਬੈਠਿਆ ਹਰਿਮੰਦਰ ਸਾਹਿਬ ਦਿਸਦਾ ਸੀ।
ਇਹਦਾ ਕਾਰਨ ਸੀ ਕਿ ਹਰਿਮੰਦਰ ਦੇ ਤਖ਼ਤ ਤੇ ਹਰਿਮੰਦਰ ਦੀ ਗੱਦੀ ਤੇ ਬੈਠਿਆ ਕਿਤੇ ਦੁਨੀਆਦਾਰ ਤਖ਼ਤ ਨਾ ਤੇਰੀ ਨਜ਼ਰ ਵਿੱਚ ਰਹੇ। ਹਾਂ, ਦੁਨੀਆਦਾਰੀ ਤਖ਼ਤ ਤੇ ਬੈਠਿਆ ਹਰਿਮੰਦਰ ਨੂੰ ਕਦੀ ਭੁੱਲੀ ਨਾ। ਤਰਤੀਬ ਐਸੀ ਦਿੱਤੀ ਹਜ਼ੂਰ ਨੇ ਉਸ ਹਰਿਮੰਦਰ ਸਾਹਿਬ ਦੇ ਅੰਦਰ। ਅੱਜ ਫਿਕਰਾਂ ਪ੍ਰਿੰਸੀਪਲ ਸਤਬੀਰ ਸਿੰਘ ਹੋਣਾ ਤੇ ਕੋਚ ਵੀ ਕੀਤਾ, ਹਰਿਮੰਦਰ ਸਾਹਿਬ ਦੇ ਸੁਨਹਿਰੀ ਇਤਿਹਾਸ ਵਿੱਚ ਲਿਖਿਆ ਵੀ ਹੈ, ਕਹਿੰਦੇ ਉੱਥੇ ਅੱਜ ਤੀਕਰਾਂ ਨਾ ਕਦੀ ਡੱਡੂ ਬੋਲਦਾ ਦਿਸਿਆ ਤੇ ਨਾ ਉੱਥੇ ਕਿਨਾਰੇ ਤੇ ਕਦੀ ਬਗਲਾ ਦਿਸਿਆ। ਮੈਂ ਉਹ ਇਤਿਹਾਸ ਦੀਆਂ ਤੁਕਾਂ ਤੁਹਾਡੇ ਨਾਲ ਸਾਂਝੀਆਂ ਕਰ ਦੇਣਾ। ਉਹ ਲਿਖਦੇ ਨੇ, ਔਰ ਬਾਤ ਸਾਜਨ ਸੁਣੋ, ਕਉ ਸਾਤ ਬਖਿਆਤ, ਦਾਦਰ ਨਹਿ ਕਾਦਰ ਰਚਿਓ ਇਸ ਤੀਰਥ ਮੈਂ ਜਾਤ, ਬਹੁਤ ਪ੍ਰੀਖਿਆ ਕਰ ਚੁੱਕੇ। ਬੜੇ ਸਿੱਧੇ ਜਿਹੇ ਸ਼ਬਦ ਨੇ, ਇਹਦੇ ਅਰਥ ਕਰਨ ਦੀ ਲੋੜ ਨਹੀਂ। ਦਾਦਰ ਦਾ ਤੇ ਡੱਡੂ, ਔਰ ਬਾਤ ਸਾਜਨ ਸੁਣੋ, ਕਉ ਸਾਤ ਬਖਿਆਤ, ਦਾਦਰ ਨਹਿ ਕਾਦਰ ਰਚਿਓ ਇਸ ਤੀਰਥ ਮੈਂ ਜਾਤ, ਬਹੁਤ ਪ੍ਰੀਖਿਆ ਕਰ ਚੁੱਕੇ। ਪਰਖੋ ਔਰ ਖਾਸ, ਨਾ ਡੱਡ ਰਹੇ ਨਾ ਬੋਲ ਹੈ, ਇਹਾਂ ਸਭੀ ਕਿਸਮਾਤ, ਕਹਿਣ ਲੱਗੇ ਮਾਨ ਸਰੋਵਰ ਕੀ ਹੈ ਸਹੀ ਨਿਸ਼ਾਨੀ ਇਹ। ਕਹਿਣ ਲੱਗੇ ਅਸਲ ਵਿੱਚ ਮਾਨ ਸਰੋਵਰ ਹੈ, ਇੱਥੇ ਤਾਂ ਹੰਸ ਬਿਰਤੀ ਵਾਲੇ ਆਉਣਗੇ, ਇੱਥੇ ਡੱਡੂ ਤੇ ਬਗਲੇ ਨੂੰ ਢੋਹੀ ਨਹੀਂ। ਜੇ ਕਪਟ ਰੱਖ ਕੇ ਕੋਈ ਆਵੇ, ਜੇ ਡੱਡੂ ਬਿਰਤੀ ਨਾ ਆਵੇ, ਉਹ ਦਾਤ ਨਹੀਂ। ਹਰਿਮੰਦਰ ਸਾਹਿਬ ਕੋਈ ਵੀ ਸਮਾਂ ਐਸਾ ਨਹੀਂ ਜਦੋਂ ਕੀਰਤਨ ਨਹੀਂ ਚੱਲਦਾ। ਜਦੋਂ ਅਸੀਂ ਹਰਿਮੰਦਰ ਵੀ ਜਾਈਏ, ਦੇਖੋ ਉਦੋਂ ਇੱਕ ਭਾਵਨਾ ਬਣਾਈਏ। ਪਹਿਲੀ ਗੱਲ, ਆਮ ਤਾਂ ਲੋਕ ਜਾਂਦੇ ਸਨ, ਚਲੋ ਅੰਮ੍ਰਿਤਸਰ ਚੱਲੇ ਆ ਨਹਾਈਏ, ਬੜੀਆਂ ਖਰੀਦਣ ਚੱਲੇ ਆ, ਚਲੋ ਅੰਮ੍ਰਿਤਸਰ ਮੱਥਾ ਟੇਕ ਦਿਆਂਗੇ। ਨਹੀਂ, ਘਰੋਂ ਇਹ ਬਣਾ ਕੇ ਤੁਰੀਏ। ਮੈਂ ਗੁਰੂ ਰਾਮਦਾਸ ਜੀ ਦੀ ਰਹਿਮਤ ਲੈਣੀ, ਫਿਰ ਸਾਡੇ ਕੋਲ ਜਾਣ ਦੀ ਜੁਗਤ ਵੀ ਨਹੀਂ। ਖਿਮਾ ਕਰਿਓ, ਅਸੀਂ ਜਾਣੇ ਆ ਤੁਰਨਾ ਲੁਧਿਆਣੇ ਤੋਂ ਅੰਮ੍ਰਿਤਸਰ ਤੱਕ, ਅੰਮ੍ਰਿਤਸਰ ਸਾਹਿਬ ਜੀ ਤੱਕ, ਕੋਈ ਗੱਲ ਜਿਹੜੀ ਗੁਰੂ ਦੀ ਨਾ ਕਰਨੀ, ਕੇਵਲ ਦੁਨੀਆਂ ਦੀ ਨਿੰਦਿਆ, ਦੁਨੀਆਂ ਦੀ ਚੁਗਲੀ। ਮੈਂ ਕਹਿੰਦਾ ਜਦੋਂ ਘਰੋਂ ਤੁਰਨਾ ਸਿੱਖਾਂ, ਉਦੋਂ ਅੰਦਰੋਂ ਅਰਦਾਸ ਕਰਕੇ ਤੇ ਬਾਣੀ ਪੜ੍ਹਨੀ ਸ਼ੁਰੂ ਕਰ ਦੇ, ਸੱਚ ਜਾਣੀ ਹੋ ਸਕਦਾ ਹਰਿਮੰਦਰ ਦਾ ਇੱਕ ਵਾਰੀ ਟੇਕਿਆ ਮੱਥਾ ਤੇਰੀ ਸਾਰੀ ਜ਼ਿੰਦਗੀ ਨੂੰ ਪਲਟ ਜਾਵੇ। ਗੁਰੂ ਘਰ ਆਉਣ ਦੀ ਵੀ ਜੁਗਤ ਚਾਹੀਦੀ। ਘਰੋਂ ਤੁਰਨਿਆ ਕਲੇਸ਼ ਦੇ ਚੱਲੇ, ਰਾਹ ਵਿੱਚ ਵੀ ਕਲੇਸ਼, ਤੇ ਅੱਗੇ ਜੇ ਕੋਈ ਗੁਰਦੁਆਰੇ ਚੱਕਰ ਜਾਏ ਉਹਦੇ ਨਾਲ ਵੀ ਕਲੇਸ਼, ਤੇ ਪਰਤ ਕੇ ਬਾਹਰ ਨਿਕਲ ਕੇ ਕਹਿੰਦੇ ਸ਼ਾਂਤੀ ਨੀ ਮਿਲਣੀ। ਸ਼ਾਂਤੀ ਕਿੱਥੋਂ ਮਿਲਣੀ ਸੀ? ਸ਼ਾਂਤੀ ਲੈਣ ਤਾਂ ਆਇਆ ਹੀ ਨਹੀਂ, ਘਰੋਂ ਹੀ ਅੱਗ ਦੀ ਪੰਡ ਬੰਨ ਕੇ ਤੁਰੇ। ਜਦੋਂ ਆਪਾਂ ਤੁਰੀਏ, ਅੱਜ ਵੀ ਗੁਰੂ ਘਰ ਆਉਂਦੇ ਹਾਂ, ਆਪਣੇ ਅੰਦਰ ਨੂੰ ਟਿਕਾ ਕੇ ਆਈਏ। ਗੁਰਦੁਆਰੇ ਅੱਗ ਲੈਣ ਵਾਸਤੇ ਨਹੀਂ, ਗੁਰਦੁਆਰੇ ਤਾਂ ਅੰਦਰ ਦੀ ਅੱਗ ਨੂੰ ਬੁਝਾਉਣ ਵਾਸਤੇ ਨੇ, ਅੰਦਰ ਸ਼ਾਂਤੀ ਮਿਲੇ। ਤੇ ਜਿਨ੍ਹਾਂ ਨੇ ਉੱਥੋਂ ਦਾਤਾਂ ਪਾਈਆਂ, ਇੱਕ ਨਹੀਂ ਸਰੂਪ ਸਿੰਘ ਅਲੱਗ ਨੇ ਦੋ ਤਿੰਨ ਘਟਨਾਵਾਂ ਬਹੁਤ ਸੋਹਣੀਆਂ ਲਿਖੀਆਂ ਨੇ। ਉਹ ਕਹਿੰਦਾ ਉਸ ਦਰ ਤੇ ਪਤਾ ਨੀ ਕਿੰਨੀ ਕਮਾਈ ਵਾਲੇ ਟਿਕੇ ਬੈਠੇ ਨੇ। ਕਹਿੰਦਾ ਮੇਰੇ ਸਾਹਮਣੇ ਇੱਕ ਬਜ਼ੁਰਗ ਬੈਠਾ ਕੀਰਤਨ ਸੁਣਦਾ ਸੀ, ਉਹਦੇ ਤਨ ਤੇ ਟਾਕੀਆਂ ਲੱਗੀਆਂ ਸਨ। ਧਿਆਨ ਦਿਆ ਜੀ, ਮੈਂ ਦੋ ਘਟਨਾਵਾਂ ਕਹਿ ਕੇ ਸਿਰ ਬਾਣੀ ਵਿੱਚੋਂ ਕੁਝ ਪ੍ਰਮਾਣ ਅਰਜ ਕਰਨੇ ਨੇ। ਕਹਿੰਦਾ ਉਹਦੇ ਤਨ ਤੇ ਟਾਕੀਆਂ ਲੱਗੀਆਂ ਤੇ ਮੇਰੇ ਮਨ ਵਿੱਚ ਆਇਆ ਉੱਠੇਗਾ ਨਾ, ਉੱਠਦਿਆਂ ਸਾਰੇ ਗਰੀਬ ਬੰਦੇ ਨੇ, ਮੈਂ ਵਸਤਰ ਜ਼ਰੂਰ ਲੈ ਕੇ ਦੇਣੇ, ਕੱਪੜੇ ਜ਼ਰੂਰ ਲੈ ਕੇ ਦੇਣੇ ਨੇ, ਸਰਦੀ ਦੇ ਦਿਨ ਨੇ, ਬੈਠਾ ਬੜਾ ਟੇਕੇ ਵੇ। ਕਹਿੰਦਾ ਉਸ ਬਜ਼ੁਰਗ ਨੇ ਇੱਕ ਦੋ ਵਾਰੀ ਮੇਰੇ ਵੱਲ ਤੱਕਿਆ, ਮੇਰੇ ਮਨ ਚ ਇਹੀ ਆਈ ਜੇ ਪਰ ਉਪਕਾਰ ਚਿੱਤਰ ਦੇ, ਨਾ ਹੀ ਕੁਛ ਪੋਚ, ਨਾ ਹੀ ਕੁਛ ਪੋਚ, ਮੈਂ ਇਹਨੂੰ ਲੈ ਕੇ ਦਿਆਂਗਾ ਬਸਤਰ। ਕਹਿੰਦਾ ਜਦੋਂ ਕੀਰਤਨ ਦੀ ਸਮਾਪਤੀ ਤੋਂ ਬਾਅਦ ਉੱਠ ਕੇ ਗਏ ਨਾ, ਮੈਂ ਤੇਜ਼ੀ ਨਾਲ ਪਿੱਛੇ ਗਿਆ ਤੇ ਘੰਟਾ ਘਰ ਵਾਲੇ ਪਾਸੇ ਜਾ ਕੇ ਇਹਨਾਂ ਨੇ ਜੇ ਹਰਿਮੰਦਰ ਵਿੱਚ ਆਇਆ ਤੇ ਕੀਰਤਨ ਸਿੱਖਣ ਜਾ ਸਿੱਖਿਆ ਕਰ, ਸੁਣਦੀ ਨਾ ਤੂੰ ਆਪ ਟਿਕਿਆ ਤੇ ਨਾ ਮੈਨੂੰ ਟਿਕਣ ਦਿੱਤਾ। ਆ ਅਸਲ ਵਿੱਚ ਟਾਕੀਆਂ ਨਹੀਂ, ਇਹ ਗੁਰੂ ਰਾਮਦਾਸ ਜੀ ਦੀਆਂ ਬਖਸ਼ਾਂ। ਜਦੋਂ ਬਖਸ਼ ਮਿਲਦੀ ਮੈਂ ਟਾਕੀ ਲਾਣਾ। ਕਹਿੰਦਾ ਮੇਰੇ ਕੱਪੜੇ ਵੇਖ ਕੇ ਤੂੰ ਭੁੱਲ ਗਿਆ? ਕਹਿੰਦਾ ਮੇਰੇ ਅੰਦਰ ਨੂੰ ਤੂੰ ਵੇਖੀ ਨੀ, ਮੈਂ ਕੌਣ? ਸੱਚ ਜਾਣੋ। ਕਹਿੰਦਾ ਮੇਰਾ ਅੰਦਰ ਕੰਬ ਗਿਆ ਮਨਾ, ਆ ਪਾਟੀਆਂ ਲੀਰਾਂ ਵਾਲੇ ਉੱਥੇ ਬ੍ਰਹਮ ਗਿਆ ਨੀ ਟਿਕੇ ਬੈਠੇ ਸੀ। ਇਸ ਘਟਨਾ ਉਹਨੇ ਜਿਹੜੀ ਕਹੀ, ਉਹ ਮੈਂ ਜ਼ਰੂਰ ਅਰਜ਼ ਕਰਨੀ, ਤੁਹਾਨੂੰ ਪਤਾ ਵੀ ਹੋਣਾ, ਕਈਆਂ ਪੜ੍ਹੀ ਵੀ ਹੋਣੀ। ਉਹ ਕਹਿੰਦਾ ਇੰਗਲੈਂਡ ਦਾ ਇੱਕ ਗੋਰਾ ਮਿਲਿਆ ਸੀ, ਮਿਸਟਰ ਵਿਕ ਉਹਦਾ ਨਾਮ ਸੀ। ਕਹਿੰਦਾ ਮੈਨੂੰ ਇੰਗਲੈਂਡ ਵਿੱਚ ਮਿਲਿਆ ਤੇ ਮੈਨੂੰ ਵੇਖ ਕੇ ਉਹ ਕਹਿੰਦਾ ਵੀ ਤੂੰ ਸਿੰਘ ਹੈ? ਸਰੂਪ ਸਿੰਘ ਅਲੱਗ ਕਹਿੰਦਾ ਹਾਂ। ਕਹਿੰਦਾ ਮੈਂ ਤੈਨੂੰ ਆਪਣੇ ਘਰ ਲਿਜਾਣਾ, ਮੈਂ ਕੰਮ ਤੇ ਬਾਅਦ ਜਾਣਦਾ। ਘਰ ਲਾ ਗਿਆ, ਕਹਿੰਦਾ ਉਹਦੇ ਲਿਵਿੰਗ ਰੂਮ ਜਾ ਕੇ ਦੇਖਿਆ ਦਰਬਾਰ ਸਾਹਿਬ ਦੀ ਫੋਟੋ। ਕਹਿੰਦਾ ਮੇਰੇ ਮਨ ਵਿੱਚ ਆਇਆ ਵੀ ਇਹ ਗੋਰਾ ਇਹਨੇ ਫੋਟੋ ਕਿਉਂ ਲਾਈ? ਕਹਿੰਦਾ ਮੈਂ ਫੋਟੋ ਨੂੰ ਨੀਚ ਲਾ ਕੇ ਤੱਕਿਆ, ਉਹ ਚਾਹ ਬਣਾਉਂਦਿਆਂ ਮੈਨੂੰ ਪੁੱਛਦਾ ਮਿਸਟਰ ਸਿੰਘ ਵੀ ਤੂੰ ਕੀ ਮਹਿਸੂਸ ਕਰਨਾ ਇਸ ਫੋਟੋ ਨੂੰ ਦੇਖ ਕੇ? ਕਹਿੰਦਾ ਮੈਂ ਕਿਹਾ ਮੈਂ ਇੰਜ ਮਹਿਸੂਸ ਕਰਨਾ ਦਰਬਾਰ ਸਾਹਿਬ ਪਹੁੰਚ ਗਿਆ। ਕਹਿੰਦਾ ਇੱਕੋ ਦਮ ਉਹ ਭਾਂਡਾ ਛੱਡ ਕੇ ਮੇਰੇ ਕੋਲ ਆ, ਕਹਿੰਦਾ ਝੂਠ ਨਾ ਬੋਲੀ, ਸੱਚੋ ਸੱਚ ਦੱਸੀ ਤੂੰ ਪਹੁੰਚ ਗਿਆ? ਇਹਦਾ ਮਤਲਬ ਤੇਰੇ ਕੋਲ ਵੀ ਰਹਿਮਤ ਹੈ? ਕਹਿੰਦਾ ਮੇਰੇ ਪੈਰਾਂ ਥੱਲੇ ਉਹ ਜ਼ਮੀਨ ਗਈ। ਕਹਿੰਦਾ ਮੈਂ ਤੇ ਸਿੱਖ ਹੁੰਦਿਆਂ ਮਾਰੀ ਸੀ ਐਵੇਂ ਫਰਕ ਦੀ ਜੀ ਵੀ ਠੀਕ ਹੈ।
ਕਹਿੰਦਾ ਮੈਂ ਝੂਠ ਨਾ ਬੋਲ ਸਕਿਆ, ਮੈਂ ਕਿਹਾ ਸੱਚ ਹੈ, ਮੈਂ ਪਹੁੰਚਿਆ ਨੀ, ਮੈਂ ਕੇਵਲ ਫੋਟੋ ਦੇਖੀ। ਉਹ ਕਹਿੰਦਾ ਸੱਚ ਜਾਣੀ ਮੈਂ ਰੋਜ਼ ਸਵੇਰੇ ਅੰਮ੍ਰਿਤ ਵੇਲੇ ਜਾਂਦਾ ਵਾਂ ਸੁਰਤੀ ਦੇ ਰਾਹੀਂ, ਕਹਿੰਦਾ ਜੋ ਕੁਛ ਉੱਥੇ ਹੁੰਦਾ ਮੈਂ ਆਪਣੇ ਕੰਨਾਂ ਨਾਲ ਸੁਣਨਾ ਵਾਂ। ਅੱਜ ਇੱਥੇ ਬੈਠਾ ਕੀ ਸਿੱਖ ਸੁਣ ਨਹੀਂ ਸਕਦਾ? ਸੁਰਤੀ ਹੋਵੇਗੀ ਤੇ ਗੁਰੂ ਕੇ ਸਿੱਖਾਂ ਸੱਚ ਜਾਣੀ। ਅਸਲ ਵਿੱਚ ਹਰਿਮੰਦਰ ਦੀਆਂ ਖੇਡਾਂ ਅੰਦਰ ਨਾਲ ਬੜੀਆਂ ਜੁੜੀਆਂ ਨੇ। ਇੱਕ ਬਜ਼ੁਰਗ ਮਿਲਿਆ, ਦੇਖੋ ਲੋਕਾਂ ਦੀ ਭਾਵਨਾ, ਉਤਲੇ ਗੁੰਬਦ ਵਿੱਚ ਮੱਥਾ ਟੇਕ ਕੇ ਅਰਦਾਸ ਪਿਆ ਕਰੇ ਤੇ ਨਾਲ ਪੁੱਤਰ ਨੂੰ ਕਹਿੰਦਾ ਸੁਪਰੀਮ ਕੋਰਟ ਹੀ ਜਦੋਂ ਤੇਰਾ ਕਿਤੇ ਨਾ ਸਹੁਰੇ, ਇੱਥੇ ਅਰਦਾਸ ਕਰੀ, ਇੱਥੇ ਕੀਤੀ ਅਰਦਾਸ, ਕਦੀ ਵੀ ਵਿਅਰਥ ਨਹੀਂ ਜਾਂਦੀ। ਲੋਕੀ ਭਾਵਨਾ ਬਣਾ ਕੇ ਆਪੋ ਵੀ ਬੈਠੇ ਨੇ, ਉਹਨਾਂ ਦੀ ਭਾਵਨਾ ਨੂੰ ਕਿਵੇਂ ਅਸੀਂ ਸ਼ਬਦਾਂ ਨਾਲ ਤੋੜ ਸਕਦੇ ਹਾਂ? ਕਹਿੰਦਾ ਮੇਰੇ ਮਨ ਚ ਆਇਆ, ਮੈਂ ਕਿਹਾ ਵੀ ਚਾਹ ਬਾਅਦ ਚ, ਪਹਿਲਾਂ ਮੈਨੂੰ ਦੱਸ ਵੀ ਤੂੰ ਇਹ ਕਿਵੇਂ ਸੁਣ ਲੈਣਾ। ਕਹਿੰਦਾ ਮੈਂ ਗਿਆ ਸਾਂ ਹਿੰਦੁਸਤਾਨ ਦੀ ਧਰਤੀ ਤੇ, ਪਾਕਿਸਤਾਨ ਤੋਂ ਗਿਆ ਸਾਂ, ਲਾਹੌਰ ਰੁਕਿਆ ਸਾਂ ਹੋਟਲ ਵਿੱਚ। ਕਹਿੰਦਾ ਉੱਥੋਂ ਦਾ ਇੱਕ ਵੇਟਰ ਸੀ, ਉਹਨੇ ਜਦੋਂ ਮੈਂ ਜਾਣ ਲੱਗੇ, ਕਮਰਾ ਬੰਦ ਕਰਨ ਲੱਗੇ, ਕਹਿੰਦਾ ਮੈਨੂੰ ਉਹਨੇ ਪੁੱਛਿਆ, ਪੜ੍ਹਿਆ ਲਿਖਿਆ ਸੱਜਣ ਸੀ, ਕਿ ਤੁਸੀਂ ਹਿੰਦੁਸਤਾਨ ਚੱਲੇ ਹੋ, ਪਹਿਲਾ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਆਉਣਾ ਹੈ, ਤੁਸੀਂ ਗੋਲਡਨ ਟੈਂਪਲ ਜਾਓਗੇ? ਉਹਨੇ ਸ਼ਬਦ ਗੋਲਡਨ ਟੈਂਪਲ ਦਰਬਾਰ ਸਾਹਿਬ ਵਰਤੇ। ਕਹਿਣ ਲੱਗੇ ਖਾਂ। ਕਹਿੰਦਾ ਆਪਣੀ ਜੇਬ ਚੋਂ ਪੈਸੇ ਕੱਢ ਕੇ, ਕਹਿੰਦਾ ਅੱਖਾਂ ਭਰ ਕੇ, ਕਹਿੰਦਾ ਇੱਕ ਕਿਰਪਾ ਕਰੀ, ਆ ਉਸ ਦਰਬਾਰ ਵੀ ਜਾ ਕੇ ਮੇਰੇ ਵੱਲੋਂ ਮੱਥਾ ਟੇਕ ਦੇ। ਬਸ ਮੈਂ ਕਹਿੰਦਾ ਉਹਨਾਂ ਲੋਕਾਂ ਦੀਆਂ ਭਾਵਨਾ ਜੁੜੀਆਂ, ਅਸੀਂ ਤੱਤ ਨੂੰ ਮਿੱਥ ਬਣਾ ਬਣਾ ਕੇ ਭਾਂਡਣੇ ਪਏ ਆ, ਉਹ ਦੁਨੀਆਂ ਨੇ ਮਿੱਥ ਨੂੰ ਤੱਤ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਮੈਂ ਖਿੰਨ ਵਿੱਚੋਂ ਬੇਨਤੀ ਕਰਦਿਆਂ ਇੱਕ ਗੱਲ ਪੜ੍ਹਨ ਨੂੰ ਮੈਨੂੰ ਮਿਲੀ। ਦੇਖੋ ਅਸੀਂ ਤੱਤ ਨੂੰ ਮਿੱਥ ਬਣਾਈ ਜਾਂਦੇ ਹਾਂ, ਜਿੱਥੇ ਗੁਰੂ ਰਾਮਦਾਸ ਵਰਤਦਾ ਅੱਜ ਟੀਕਰਾ, ਇੰਨੀਆਂ ਉਦਾਹਰਨਾਂ ਨੇ, ਜਿਹੜਾ ਚੜ੍ਹ ਕੇ ਆਇਆ ਕੋਈ ਬਚ ਕੇ ਗਿਆ, ਤੈਨੂੰ ਇਹਨੇ ਤੇ ਭਰੋਸਾ ਕਰ ਲੈਣਾ ਚਾਹੀਦਾ ਸੀ। ਅੱਜ ਟੀਕਰਾ ਜਿਤਨਾ ਮਰਜ਼ੀ ਕਿਸੇ ਨੇ ਪੂਰਿਆ, ਪਰ ਅਖੀਰ ਤੇ ਫਿਰ ਵੀ ਉੱਥੇ ਆਸਾ ਕੀ ਵਾਰ ਦੀ ਆਵਾਜ਼ ਨੂੰ ਕੋਈ ਬੰਦ ਨਹੀਂ ਕਰ ਸਕਿਆ। ਤੈਨੂੰ ਦੁਸ਼ਮਣ ਦੇ ਕੀਤੇ ਤੇ ਭਰੋਸਾ ਕਰ ਲੈਣਾ ਚਾਹੀਦਾ ਸੀ, ਤੂੰ ਆਪ ਕਿਉਂ ਤੁਰ ਪਿਆ ਹਰਿਮੰਦਰ ਸਾਹਿਬ ਦੀ ਮਰਿਆਦਾ ਨੂੰ ਸੱਟ ਮਾਰਨ ਦੇ ਲਈ? ਕਦੀ ਤੱਕੋ। ਕਹਿੰਦਾ ਮੇਰੇ ਮਨ ਚ ਆਇਆ ਵੀ ਇਹ ਬੰਦੇ ਦੀਆਂ ਅੱਖਾਂ ਕਿਉਂ ਭਰ ਰਹੀਆਂ? ਕਹਿੰਦਾ ਮਾਇਆ ਰੱਖ ਕੇ ਮੇਰੇ ਵੱਲੋਂ ਮੱਥਾ ਟੇਕ ਦੇਈ। ਤੇ ਕਹਿੰਦਾ ਮੈਂ ਪੁੱਛਿਆ ਵੀ ਤੂੰ ਮੁਸਲਮਾਨ, ਉਹ ਸਿੱਖ, ਤੇਰੀ ਭਾਵਨਾ ਕਿਉਂ? ਕਹਿੰਦਾ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਸਨ। ਕਹਿੰਦੇ ਮੇਰੇ ਅੱਬਾ ਪੰਜ ਵਕਤ ਦੇ ਨਮਾਜ਼ੀ ਸਨ, ਪਰ ਇੱਕ ਕੰਮ ਕਰਦੇ ਸਨ, ਸਾਨੂੰ ਉਹ ਹਰਿਮੰਦਰ ਜ਼ਰੂਰ ਲਿਜਾਂਦੇ ਸਨ ਜਿੱਦਣ ਸਾਡੇ ਘਰ ਕੋਈ ਖੁਸ਼ੀ ਗਮੀ ਕੁੱਝ ਵੀ ਹੁੰਦਾ ਸੀ, ਤੇ ਮੇਰਾ ਅੱਬਾ ਜਾਨ ਮੇਰੀ ਉਂਗਲ ਪਕੜ ਕੇ ਮੈਨੂੰ ਗੁਰੂ ਰਾਮਦਾਸ ਦੇ ਦਰ ਤੇ ਮੱਥਾ ਟਿਕਾਣ ਲਿਜਾਂਦਾ ਸੀ। ਕਹਿੰਦਾ ਮੇਰਾ ਅੱਬਾ ਪਰਕਰਮਾ ਧੋਂਦਾ ਸੀ, ਉੱਥੇ ਬੈਠ ਕੇ ਸੀ, ਉੱਥੇ ਰੱਬੀ ਕਲਾਮ ਸੁਣਦੇ ਸਾਂ। ਕਹਿੰਦਾ ਸੰਤਾਂ ਲਈ ਨੇ ਮੇਰਾ ਹਰਿਮੰਦਰ ਮੇਰੇ ਤੋਂ ਖੋਹ ਲਿਆ, ਮੈਂ ਪਰਤ ਕੇ ਜਾ ਨਹੀਂ ਸਕਿਆ। ਜਦੋਂ ਕੋਈ ਲੰਘਣ ਵਾਲਾ ਹੁੰਦਾ ਹੈ, ਬਸ ਇੱਕੋ ਗੱਲ ਕਹਿੰਦਾ ਮਾਇਆ ਲੈ ਜਾਈ, ਮੇਰੇ ਵੱਲੋਂ ਜਾ ਕੇ ਉੱਥੇ ਮੱਥਾ ਟੇਕ ਦੇ। ਕਹਿੰਦਾ ਪਰ ਇੱਕ ਗੱਲ ਸੁਣੀ, ਦੇਖੀ ਉਹ ਰਹਿਮਤ ਤੈਨੂੰ ਵੀ ਮਿਲ ਸਕਦੀ ਏ, ਸੈਲਾਨੀ ਬਣ ਕੇ ਨਾ ਜਾਈ, ਇੱਕ ਜਗਿਆਸੂ ਬਣ ਕੇ ਜਾਈ, ਯਾਤਰੀ ਬਣ ਕੇ ਨਾ ਜਾਈ, ਇੱਕ ਅੰਦਰ ਨੂੰ ਕਮਾਣ ਵਾਲਾ ਬਣ ਕੇ ਜਾਈ। ਕਹਿੰਦਾ ਪਤਾ ਨੀ ਉਹਦੇ ਸ਼ਬਦ ਤੇ ਉਹਦੀਆਂ ਅੱਖਾਂ ਦੇ ਭਿੱਜੇ ਜਿਹੜੀਆਂ ਪਲਕਾਂ ਸਨ ਮੇਰੇ ਅੰਦਰ ਨੂੰ ਭਿਉਂ ਗਈਆਂ। ਕਹਿੰਦਾ ਅਸੀਂ ਬਸਤਰ ਰੱਖੇ, ਆ ਕੇ ਹੋਟਲ ਵਿੱਚ ਸਮਾਨ ਰੱਖਿਆ, ਅੰਮ੍ਰਿਤਸਰ ਸਾਹਿਬ ਦੀ ਧਰਤੀ ਦਰਬਾਰ ਸਾਹਿਬ ਗਏ। ਕਹਿੰਦਾ ਜਦੋਂ ਮੈਂ ਪਰਕਰਮਾ ਵਿੱਚ ਮੱਥਾ ਟੇਕਿਆ, ਕਹਿੰਦਾ ਮੈਨੂੰ ਪਤਾ ਨੀ ਅੰਦਰ ਇੱਕ ਚਰਨਾਹਟ ਜੀ ਛਿੜ ਪਈ। ਉੱਥੇ ਚਾਰ ਚੁਫੇਰੇ ਦਾ ਵਾਤਾਵਰਨ ਹੀ ਐਸਾ ਕਿ ਅੰਦਰ ਨੂੰ ਟਿਕਾ ਇੰਨਾ ਦਿੰਦਾ। ਕਹਿੰਦਾ ਮੇਰਾ ਅੰਦਰ ਟਿਕਣਾ ਸ਼ੁਰੂ ਹੋਇਆ, ਮੇਰੇ ਸਾਥੀ ਚਾਰ ਚੁਫੇਰੇ ਤਸਵੀਰਾਂ ਲੈਣ। ਕਹਿੰਦਾ ਮੈਂ ਚੁੱਪ ਕਰਕੇ ਅੰਦਰ ਗਿਆ। ਕਹਿੰਦਾ ਮੈਨੂੰ ਪਤਾ ਕੋਈ ਨੀ ਸੀ ਕੀ ਗਾਉਂਦੇ ਨੇ, ਪਰ ਜਿਉਂ ਜਿਉਂ ਗਾਉਣ ਦੀ ਆਵਾਜ਼ ਮੈਨੂੰ ਸੁਣਾਈ ਦਿੱਤੀ, ਤਿਉਂ ਤਿਉਂ ਇੰਜ ਲੱਗਾ ਜਿਵੇਂ ਮੇਰਾ ਆਪਣਾ ਘਰ ਮੈਨੂੰ ਦਿਸਦਾ ਪਿਆ। ਕਿਉਂਕਿ ਸੰਗੀਤ ਜਿਹੜਾ ਹੈ ਇਹ ਬ੍ਰਹਿਮੰਡ ਦੀ ਭਾਸ਼ਾ ਹੈ, ਸੰਗੀਤ ਕੇਵਲ ਇੱਕ ਫਿਰਕੇ ਇੱਕ ਜ਼ਾਤ ਦਾ ਨਹੀਂ। ਅੰਦਰ ਬੈਠ ਕੇ ਕਹਿੰਦਾ ਕੀਰਤਨ ਸੁਣਿਆ, ਕਹਿੰਦਾ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਸ਼ਾਮ ਹੋਈ, ਅਰਦਾਸ ਵਿੱਚ ਲੋਕ ਖਲੋਤੇ, ਮੈਂ ਖਲੋਤਾ, ਫਿਰ ਕੀਰਤਨ ਹੋਇਆ। ਕਹਿੰਦਾ ਮੈਨੂੰ ਸੁੱਧ ਬੁੱਧ ਭੁੱਲ ਗਈ, ਸਮਝ ਕੋਈ ਨਹੀਂ ਸੀ ਪੈਂਦੀ, ਪਰ ਆਤਮਾ ਨੂੰ ਸੁੱਖ ਮਿਲੀ ਜਾਂਦਾ ਸੀ, ਆਤਮਾ ਨੂੰ ਟਿਕਾ ਮਿਲਿਆ। ਕਹਿੰਦਾ ਜਦੋਂ ਹਰਿਮੰਦਰ ਸਾਹਿਬ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਲਿਜਾਣ ਲੱਗੇ ਤੇ ਮੇਰੇ ਮਨ ਵਿੱਚ ਇੰਨਾ ਹੀ ਪੁਰਿਆ ਹੁੰਦਾ, ਪੁਰਨਾ ਉੱਠਿਆ, ਕਾਸ਼ ਅੱਜ ਮੈਂ ਵੀ ਸਿੱਖ ਹੁੰਦਾ ਤੇ ਮੈਂ ਪਾਲਕੀ ਨੂੰ ਮੋਢਾ ਦਿੰਦਾ। ਕਹਿੰਦਾ ਫੁਰਨਾ ਉੱਠਿਆ, ਇੱਕ ਬੰਦੇ ਨੇ ਕਹਿੰਦਾ ਮੇਰੀ ਬਾਂਹ ਪਕੜੀ, ਝੰਜੋੜ ਕੇ ਮੇਰਾ ਮੋਢਾ ਪਾਲਕੀ ਥੱਲੇ ਦੇ ਦਿੱਤਾ। ਕਹਿੰਦਾ ਉਹ ਸਪਰਸ਼ ਮਿਲਣ ਦੀ ਦੇਰੀ, ਉਸ ਦਿਨ ਤੋਂ ਬਾਅਦ ਅੱਜ ਤੱਕ ਮੇਰੇ ਅੰਦਰੋਂ ਹਰਿਮੰਦਰ ਦੀ ਰਹਿਮਤ ਨਹੀਂ ਗਈ। ਕਹਿੰਦਾ ਕਿੰਨੇ ਦਿਨ ਮੈਂ ਰਿਹਾ,
मैं हरिमंदर रहा, कीर्तन सुनिया, कथा सुनी, उथे बैठ कीर्तन विचारा बाणी सुनी। कहिंदा अज भी मैं जो 7 मिनट, कहिंदा मैं ज्यादा देर नहीं बैठदा, नेत्र बंद करना, 7 मिनट बैठ के जो ध्यान नूं प्रपक करना, ते कहिंदा अज भी मैनूं नाद सुनाई देंदा। मैं कहिंदा जिन्हां नूं पता नहीं सी ਉਹ ਭਾਵਨਾ ਨਾਲ ਉਥੋਂ ਝੋਲੀਆਂ ਭਰ ਕੇ ਲੈ ਗਏ। ਅੱਜ ਵੀ ਤੁਸੀਂ ਇੱਥੇ ਬੈਠੇ ਹੋ, ਸਿੱਖ ਦੀ ਅਰਦਾਸ ਹਮੇਸ਼ਾ ਰਹੇਗੀ ਕਿ ਹੇ ਮੇਰੇ ਅਕਾਲ ਪੁਰਖ, ਜਿੱਥੇ ਨਾਮ ਦਾ ਦਾਨ ਦੇਣੇ ਉੱਥੇ ਮੈਨੂੰ ਰਾਮ ਸਰ ਦਾ ਇਸ਼ਨਾਨੀ ਬਣਾ ਦੇਈ, ਉੱਥੇ ਮੈਨੂੰ ਵਿਵੇਕ ਸਰ ਦਾ ਇਸ਼ਨਾਨ ਦੇਈ, ਉੱਥੇ ਮੈਨੂੰ ਕੌਲ ਵਰਗਾ ਖੇੜਾ ਦੇ ਦੇਈ, ਉੱਥੇ ਮੈਨੂੰ ਅੰਦਰ ਦਾ ਸੰਤੋਖ ਦੇਈ। ਅੱਜ ਵੀ ਤੁਹਾਡੇ ਵਿੱਚ ਇੰਨੇ ਹਿਰਦੇ ਤੜਪਦੇ ਬੈਠੇ ਹੋਣਗੇ, ਵਾਹ ਨਹੀਂ ਚੱਲਦਾ, ਪਰ ਗੁਰੂ ਰਾਮਦਾਸ ਦੇ ਦਰ ਨੂੰ ਸਹਿਕਦੇ ਪਏ ਨੇ, ਤੇ ਕੀ ਉਹਨਾਂ ਦੀ ਅਰਦਾਸ ਕਿਤੇ ਗੁਰੂ ਸੁਣੇਗਾ ਨਹੀਂ? ਜ਼ਰੂਰ ਸੁਣੇਗਾ। ਸਹਿਬ ਧੰਨ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਉੱਥੇ ਅੱਜ ਵੀ ਵਰਦੇ ਨੇ, ਤੇ ਜਦੋਂ ਅਸੀਂ ਤੱਕਦੇ ਹਾਂ, ਮੈਂ ਤਾਂ ਆਪਣੀ ਇੱਕ ਬੇਨਤੀ ਕਰਨਾ ਹੁੰਦਾ। ਵੈਸੇ ਆਪਣੀ ਜ਼ਿੰਦਗੀ ਦੇ ਰਾਜ ਕਮਾਈ ਸਾਡੇ ਪੱਲੇ ਕੋਈ ਨਹੀਂ ਜੇ, ਪਰ ਫਿਰ ਵੀ ਜਿਹੜੀ ਗੱਲ ਤੋਂ ਸਿੱਖਿਆ ਮਿਲੇ ਆਈਦਾ ਹੈ। ਹਰਿਮੰਦਰ ਵਿੱਚ ਮੱਥਾ ਟੇਕ ਕੇ ਦਾਤਾ ਚੱਲੇ ਆ, ਹਨੇਰੀ ਚੱਲਦੀ ਹੋਣੀ ਚੱਕੜਾਂ ਦੀ, ਕਿਰਪਾ ਕਰੀ ਪਾਕ ਦਾਮਨ ਵਾਪਸੀ ਬਖਸ਼ੀ। ਜਾਣਾ ਪਰਤ ਕੇ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਦੇ ਦਰ ਤੇ, ਦਾਤਾ ਜੋ ਤੂੰ ਤਿਲ ਫੁੱਲ ਦਿੱਤਾ ਉਸ ਦਸਵੰਧ ਵਿੱਚੋਂ ਤੇਰੇ ਚਰਨਾਂ ਵਿੱਚ ਭੇਟ ਕਰਨ ਆਇਆ, ਤੂੰ ਸਿਰ ਤੇ ਹੱਥ ਰੱਖ ਕੇ ਮੈਨੂੰ ਬਚਾ ਲਿਆ ਹੈ। ਤੁਸੀਂ ਕਿਤੇ ਵੀ ਬੈਠੇ ਹੋ, ਹਰਿਮੰਦਰ ਸਾਹਿਬ ਵਿੱਚ ਆਪਣੀ ਦਸਾਂ ਨਵਾਂ ਦੀ ਕਿਰਤ ਵਿੱਚੋਂ ਕੁਛ ਨਾ ਕੁਛ ਜ਼ਰੂਰ ਸੇਵਾ ਕਰਿਆ ਕਰੋ। ਉੱਥੇ ਜਿਹੜੇ ਬੈਠੇ ਨੂੰ ਉਹਨਾਂ ਨਹੀਂ ਰਹਿਣਾ, ਚੇਤੇ ਰੱਖੋ ਗੁਰੂ ਰਾਮਦਾਸ ਦੇ ਦਰ ਨੇ ਸਦਾ ਰਹਿਣਾ ਹੈ, ਹਰਿਮੰਦਰ ਨੇ ਸਦਾ ਰਹਿਣਾ ਹੈ। ਫਿਰ ਉੱਥੇ ਜਦੋਂ ਜਾਈਏ, ਉੱਥੇ ਬੈਠ ਕੇ ਸਿਮਰਨ ਵਿੱਚ ਚਿਕੀਏ। ਮੈਂ ਕਹਿੰਦਾ ਜਿਸ ਬੰਦੇ ਨੂੰ ਚੋਖਾ ਅੰਦਰੋਂ ਧੱਕਾ ਪਿਆ ਹੈ ਨਾ, ਉਹ ਕਦੀ ਗੁਰੂ ਤੇਗ ਬਹਾਦਰ ਜੀ ਦੇ ਥੜੇ ਥੱਲੇ ਜਾਇਓ। ਮੈਂ ਨਾ ਬਣਾਉਣ ਵਾਲਿਆਂ ਕਮਾਲ ਕੀਤੀ, ਥੱਲੇ ਛੋਟੇ ਛੋਟੇ ਥਾਂ ਬਣਾਏ ਨੇ, ਚੌਂਕੜੀ ਮਾਰ ਕੇ ਨੇਤਰ ਬੰਦ ਕਰਕੇ, ਕਿਉਂ ਦਾਤਾ ਤੈਨੂੰ ਵਕਤ ਦੇ ਪ੍ਰਬੰਧਕਾਂ ਨੇ ਧੱਕਿਆ, ਮੈਨੂੰ ਸਮੇਂ ਨੇ ਧੱਕਿਆ, ਜਿਵੇਂ ਤੂੰ ਜਰ ਗਿਆ ਤਾਂ ਇੱਥੇ ਬੈਠ ਕੇ ਮੈਨੂੰ ਜਰਨ ਦੀ ਦਾਤ ਦੇ ਦੇ। ਰਹਿਮਤ ਹੁੰਦੀ ਹੈ, ਹਰਿਮੰਦਰ ਸਾਹਿਬ ਹੀ ਜਾਓ, ਕੀ ਲੋੜ ਹੈ? ਜੇ ਨਹੀਂ ਕੋਲ ਬੈਠਾ, ਮੈਂ ਹੋਰ ਤਰੀਕੇ ਨਾਲ ਲੈਣਾ, ਅਸੀਂ ਚਾਹੁੰਦੇ ਹਾਂ ਜ਼ਰੂਰ ਮੈਨੂੰ ਅੱਗੇ ਥਾਂ ਮਿਲੇ। ਮੈਂ ਮੱਥਾ ਟੇਕ ਕੇ ਕਹਿਣਾ, ਨਹੀਂ ਦਾਤਾ ਅੱਗੇ ਬਹਿਣ ਦੇ ਲਾਇਕ ਨਹੀਂ, ਤੂੰ ਪਿੱਛੇ ਬਹਿ ਕੇ ਕਿਤੇ ਥਾਂ ਦੇ ਦੀ, ਬਸ ਇਹਦੇ ਵਿੱਚ ਝੋਲੀ ਭਰੀ ਜਾਏ। ਆਪਣੇ ਅੰਦਰ ਨੂੰ ਉੱਥੇ ਟਿਕਾ ਕੇ 2-4 ਘੰਟੇ ਸੁਰਤੀ ਨੂੰ ਜੋੜ ਕੇ ਕੀਰਤਨ ਸੁਣੀਏ, ਉੱਥੇ ਐਬ ਛੁੱਟਦੇ ਨੇ, ਅੰਮ੍ਰਿਤ ਮਿਲਦਾ। ਮੈਂ ਪਿਛਲੇ ਦਿਨੀ 2 ਬੇਨਤੀਆਂ ਕਰਕੇ ਸਮਾਪਤੀ ਕਰ ਦੇਣਾ, ਕਿਉਂਕਿ ਵਿਸ਼ਾ ਭਾਵੇਂ ਬਹੁਤ ਵੱਡਾ ਸੀ, ਇਹ ਅਨੇਕਾਂ ਰਹਿਮਤਾਂ ਉਸ ਦਰ ਨਾਲ ਜੁੜੀਆਂ ਨੇ। ਭਾਈ ਵੀਰ ਸਿੰਘ ਜੀ ਦਾ ਅੱਜ ਚਲਾਣਾ ਦਿਵਸ ਵੀ, ਉਹ ਕਹਿੰਦੇ ਨੇ ਕਿ ਭਾਈ ਸੇਵਾ ਸਿੰਘ ਹੋਏ ਨੇ ਖਾਲਸਾ ਸਮਾਚਾਰ ਵਾਲੇ। ਆਪ ਸੋਚੋਗੇ ਘਟਨਾਵਾਂ ਕਿਉਂ, ਇਹਦਾ ਮਤਲਬ ਇਹ ਨੀ ਕਿ ਪਹਿਲੇ ਇਤਿਹਾਸ ਸੀ, ਹੁਣ ਉਹ ਗੁਰੂ ਰਾਮਦਾਸ ਦੇ ਦਰ ਤੇ ਖੇਡ ਨਹੀਂ ਵਾਪਰਦੀ। ਕਹਿੰਦੇ ਨੇ ਉੱਥੇ ਭਾਈ ਸੇਵਾ ਸਿੰਘ ਬਾਹਰ ਖਲੋਤੇ ਘੰਟਾ ਘਰ ਵਾਲੇ ਪਾਸੇ, ਕਿਸੇ ਜਗਿਆਸੂ ਨੇ ਪਰਕਰਮਾ ਵਿੱਚ ਮੱਥਾ ਟੇਕ ਕੇ ਉੱਚੀ ਥਰੀ ਕਿਹਾ, ਧੰਨ ਗੁਰੂ ਰਾਮਦਾਸ ਕਰੀ ਨਾ ਕਿਸੇ ਦਾ ਮੁਥਾਜ। ਇਹ ਸ਼ਬਦ ਅਕਸਰ ਉਹ ਕਹਿੰਦੇ ਨੇ, ਧੰਨ ਗੁਰੂ ਰਾਮਦਾਸ ਕਰੀ ਨਾ ਕਿਸੇ ਦਾ ਮੁਥਾਜ। ਤੇ ਬਾਹਰ ਆ ਰਿਹਾ ਸਮਾਜੀ, ਕਹਿੰਦੇ ਨੇ ਬਾਹਰ ਖਲੋਤਾ ਸਿਗਰਟ ਪਿਆ ਪੀਂਦਾ ਸੀ, ਉਹਦੇ ਕੰਨ ਵਿੱਚ ਆਵਾਜ਼ ਪਈ, ਕਹਿੰਦਾ ਕਿਸੇ ਦਾ ਮੁਥਾਜ ਨਾ ਕਰੀ, ਕਹਿੰਦਾ ਸਿੱਖ ਐਵੇਂ ਕਹੀ ਜਾਂਦੇ। ਭਾਈ ਸੇਵਾ ਸਿੰਘ ਦੇ ਕੰਨਾਂ ਵਿੱਚ ਪਈ, ਕਹਿੰਦੇ ਨੇ ਕੀ ਕਿਹਾ ਜੋ? ਕਹਿੰਦਾ ਰੋਜ਼ ਕਹਿੰਦੇ ਨੇ ਕਰੀ ਨਾ ਕਿਸੇ ਦਾ ਮੁਥਾਜ, ਕਹਿੰਦਾ ਮੇਰੇ ਤੋਂ ਤਾਂ ਸਿਗਰਟ ਨਹੀਂ ਛੁੱਟਦੀ ਪਈ, ਮੈਂ 14 ਸਿਗਰਟਾਂ ਰੋਜ਼ ਪੀਣਾ ਵਾ, ਕਲਪ ਚੱਲਿਆ ਮੈਂ ਡਾਕਟਰਾਂ ਕਹਿ ਨਹੀਂ ਛੱਡ ਸਕਦਾ। ਭਾਈ ਸੇਵਾ ਸਿੰਘ ਕਹਿਣ ਲੱਗੇ, ਮੱਥਾ ਟੇਕ ਤੇ ਪਿਓ ਦਾ ਬਣ ਕੇ ਭਾਵਨਾ ਬਣਾਈ ਤੇ ਛੁੱਟਣ ਦੀਆਂ। ਕਹਿੰਦਾ ਉਹਨੇ ਇੱਕੋ ਦਮ ਝੁਕਿਆ, ਤੇ ਕਹਿੰਦੇ ਦੂਜੇ ਦਿਨ ਭਾਈ ਸੇਵਾ ਸਿੰਘ ਲੰਘੇ ਤੇ ਉਹ ਲੈ ਕੇ ਇੱਕ ਦੇਗ ਵਾਲਾ ਦੂਨਾ ਰਾਹ ਵਿੱਚ ਮਿਲ ਗਿਆ। ਉਹਨਾਂ ਪੁੱਛਿਆ, ਜੀ ਕਿਉਂ? ਕਹਿੰਦਾ ਸੱਚ ਜਾਣੀ ਮੇਰੇ ਹੰਕਾਰੀ ਦਾ ਹੰਕਾਰ ਟੁੱਟ ਗਿਆ, ਉਹ ਮੇਰੀ ਆਖਰੀ ਸਿਗਰਟ ਸੀ ਜਿਹੜੀ ਮੈਂ ਗੁਰੂ ਰਾਮਦਾਸ ਦੇ ਮੱਥਾ ਟੇਕਣ ਤੋਂ ਪਹਿਲਾਂ ਪੀਤੀ ਸੀ, ਹੁਣ ਮੇਰਾ ਨੇਮ ਬਣ ਗਿਆ। ਸਹਿਬ ਕਿਰਪਾਲੂ, ਮਿਹਰ ਕਰਨ ਕਿ ਅਸੀਂ ਵੀ ਅੰਮ੍ਰਿਤਸਰ ਦੇ ਇਸ਼ਨਾਨ ਕਰੀਏ, ਜਲ ਨਾਲ ਇਸ਼ਨਾਨ ਕਰਕੇ ਵੀ ਸਾਨੂੰ ਅਰੋਗਤਾ ਮਿਲਦੀ ਏ, ਬਾਣੀ ਦਾ ਇਸ਼ਨਾਨ ਕਰਾਂਗੇ ਸਾਨੂੰ ਅੰਦਰ ਦੀ ਅਰੋਗਤਾ ਮਿਲੇਗੀ। ਤਾਂ ਹੀ ਸਿੱਖ ਰੋਜ਼ ਅਰਦਾਸ ਵਿੱਚ ਕਹਿੰਦਾ ਹੈ, ਜਿੱਥੇ ਦਾਤਾ ਤੂੰ ਬਖਸ਼ਣਾ ਹੈ ਦਾਨਾ ਸਿਰਦਾਨ ਨਾਮਦਾਨ, ਉੱਥੇ ਮੇਰ ਕਰੀ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ। ਕੱਲ ਨੂੰ ਅਸੀਂ ਵਾਚਾਂਗੇ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਤਲ, ਚੌਂਕੀਆਂ ਕੀ ਨੇ, ਝੰਡੇ ਕੀ ਨੇ, ਬੁੰਗੇ ਕੀ ਨੇ, ਇਸ ਸੰਬੰਧੀ ਵਿਚਾਰ ਹੋਵੇਗੀ। ਆਪ ਸਮੇਂ ਸਿਰ
रहमत करियो पहुंचन दी। वाहिगुरु जी का खालसा वाहिगुरु।